ਮੋਹਾਲੀ ਦੀ ਵੱਡੀ ਸਮੱਸਿਆ ਕਿਹੜੀ ਕਹਿ ਸਕਦੇ ਆ ਜਿਹੜੀ ਕਾਰਪੋਰੇਸ਼ਨ ਨਹੀਂ ਕਰਦੇ ਪਿਛਲੇ ਮਹੀਨੇ ਅਸੀਂ ਮਈ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਮਿਲੇ ਸੀ ਜਿਹਦੇ ਵਿੱਚ ਸਾਡੇ 22 ਪੁਆਇੰਟ ਸੀਗੇ ਅਲੱਗ ਅਲੱਗ ਐਸੋਸੀਏਸ਼ਨਾਂ ਨੇ ਸਾਨੂੰ ਦਿੱਤੇ ਸੀ ਉਹ ਇਕੱਠੇ ਕਰਕੇ ਅਸੀਂ ਉਹ ਉਹਨਾਂ ਨਾਲ ਡਿਸਕਸ ਕੀਤਾ ਅਗਰ ਨਹੀਂ ਵੀ ਜੇ ਮੋਹਾਲੀ ਦੇ ਲੋਕ ਵੇਸਟ ਜਿਹੜੀ ਉਹ ਖਾਲੀ ਪਾਣੀ ਦੀਆਂ ਬੋਤਲਾਂ ਹੋ ਸਕਦੀਆਂ ਨੇ ਉਹ ਉਹ ਤੁਸੀਂ ਕੋਈ ਫਾਸਟ ਫੂਡ ਖਾਰੇ ਜੇ ਉਹਦਾ ਕੋਈ ਬਕਸਾ ਹੋ ਸਕਦਾ ਉਹਦੀ ਪੈਕਿੰਗ ਹੋ ਸਕਦੀ ਤੁਸੀਂ ਆਪ ਹੀ ਕਰੋ ਤੇ ਮੈਨੂੰ ਲੱਗਦਾ ਆਪਣੇ ਆਪ ਹੀ ਮੁਹਾਲੀ ਸਾਫ਼ ਨਹੀਂ ਹੋ ਜੂਗਾ ਆਮ ਤੌਰ ਤੇ ਐਕਚੁਅਲੀ ਆਪਣੇ ਬੱਚਿਆਂ ਨੂੰ ਅਵੇਅਰ ਹੀ ਨਹੀਂ ਕਰਦੇ ਪਰ ਹੁਣ ਜਿਹੜੀ ਮੇਜਰ ਪ੍ਰੋਬਲਮ ਪਾਣੀ ਦੀ ਹੋਰ ਆ ਰਹੀ ਹੈ ਕਿ ਪਾਵਰ ਕਿਤੇ ਸ਼ਟਡਾਊਨ ਹੋ ਜਾਂਦੀ ਹੈ ਤੇ ਉਸੇ ਵੇਲੇ ਪਾਣੀ ਜਿਹੜਾ ਚਲੇ ਜਾਂਦਾ ਤੇ 345 ਕਰੋੜ ਦੀ ਲਾਲ ਸਿੰਘਪੁਰਾ ਟ੍ਰੀਟਮੈਂਟ ਪਲਾਂਟ ਲੱਗਾ ਹੈ ਸਾਨੂੰ ਡਾਇਰੈਕਟ ਪਾਣੀ ਜਿਹੜਾ ਉਹ ਸਾਨੂੰ ਮਿਲ ਜਿਹੜਾ ਮਈਆ ਹੋਵੇ ਚੰਡੀਗੜ੍ਹ ਪੁਲਿਸ ਵਾਂਗ ਐਕਟਿਵ ਨਹੀਂ ਹੋ ਸਕਦਾ ਲੱਗਦਾ ਨਹੀਂ ਤੁਹਾਨੂੰ ਜੀ ਉਹਦਾ ਕਾਰਨ ਇੱਕ ਵੱਡਾ ਮੇਰੇ ਖਿਆਲ ਜਿੰਨੀ ਪੰਜਾਬ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹਦੇ ਬਰਾਬਰ ਚੰਡੀਗੜ੍ਹ ਦੀ ਇਕੱਲੇ ਦੀ ਆ ਟ੍ਰੈਫਿਕ ਦੀ ਅਸੀਂ ਲੋਕ ਜਦੋਂ ਚੰਡੀਗੜ੍ਹ ਜਾਂਦੇ ਆ ਆਪਣੀ ਗੱਡੀ ਵੀ ਸਲੋ ਕਰ ਲੈਂਦੇ ਆ ਆਪਾਂ ਸਿਸਟਮ 'ਚ ਵੀ ਚੱਲਦੇ ਆ ਜਦੋਂ ਅਸੀਂ ਲੋਕ ਮੁਹਾਲੀ ਚ ਆ ਜਾਂਦੇ ਆ ਤੇ ਅਸੀਂ ਲਾਈਟ ਜੰਮ ਲਾਣੀ ਸ਼ੁਰੂ ਕਰ ਲੈਂਦੇ ਆ ਲਾਪਰਵਾਹੀ ਚੰਡੀਗੜ੍ਹ ਉਹ ਅੱਛਾ ਹੋ ਰਿਹਾ ਵੀ ਅਸੀਂ ਕਿਉਂ ਨੀਓ ਕੰਮ ਵਧੀਆ ਕਰ ਸਕਦੇ ਪਾਰਕਾਂ ਵਾਲੇ ਜਿਹੜੇ ਆ ਉਹ ਖੇਲ ਨਹੀਂ ਦਿੰਦੇ ਝਗੜੇ ਹੁੰਦੇ ਆ ਵੀ ਇਹਨਾਂ ਨੂੰ ਖਤਮ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਜਗ੍ਹਾ ਵੀ ਤਾਂ ਦੇਣੀ ਅਸੀਂ ਅੱਜ ਅਸੀਂ ਇੱਕ ਨਵੇਂ ਰੰਗ ਰੂਪ ਦਾ ਪ੍ਰੋਗਰਾਮ ਲੈ ਕੇ ਆ ਰਹੇ ਆ ਪ੍ਰੋਗਰਾਮ ਇਹ ਹੈ ਵੀ ਤੁਹਾਡੇ ਸ਼ਹਿਰ ਦੀਆਂ ਕੀ ਸਮੱਸਿਆਵਾਂ ਨੇ ਔਰ ਉਹਦੇ ਲਈ ਤੁਹਾਡੇ ਨੁਮਾਇंदे ਕੀ ਕਰ ਰਹੇ ਨੇ ਅੱਜ ਗੱਲ ਕਰਾਂਗੇ ਮੋਹਾਲੀ ਦੀ ਜਿਹੜੀ ਅ ਚੰਡੀਗੜ੍ਹ ਦੇ ਨਾਲ ਲੱਗਦਾ ਖੂਬਸੂਰਤ ਸ਼ਹਿਰ ਹੈ ਔਰ ਬਹੁਤ ਵਿਕਸਿਤ ਹੋਇਆ ਵੱਡੀਆਂ-ਵੱਡੀਆਂ ਇਮਾਰਤਾਂ ਔਰ ਵੱਡੇ-ਵੱਡੇ ਸਰਕਾਰੀ ਦਫ਼ਤਰ ਵੀ ਇੱਥੇ ਨੇ ਇਹਦੇ ਸਬੰਧ ਵਿੱਚ ਗੱਲ ਕਰਨ ਲਈ ਅੱਜ ਬੁਲਾਇਆ ਮੁਹਾਲੀ ਦੀਆਂ ਜਿਹੜੀਆਂ ਸਾਰੀਆਂ ਰੈਜ਼ੀਡੈਂਟਸ ਐਸੋਸੀਏਸ਼ਨਾਂ ਨੇ ਉਹਦੀ ਕੰਫਰਡਰੇਸ਼ਨ ਜਿਹੜੀ ਹੈ ਉਹਦੇ ਪ੍ਰੈਜ਼ੀਡੈਂਟ ਨੇ ਕੇਕੇ ਸੈਣੀ ਔਰ ਇਸੇ ਤਰ੍ਹਾਂ ਮੁਹਾਲੀ ਦੇ ਕਾਉਂਸਲਰ ਨੇ ਪ੍ਰਮੋਦ ਮਿੱਤਰਾ ਜੀ ਔਰ ਫੇਜ਼ 11 ਦੀ ਰਾਈਟਰ ਐਸੋਸੀਏਸ਼ਨ ਜਿਹੜੀ ਉਹਦੇ ਪ੍ਰੈਜ਼ੀਡੈਂਟ ਨੇ ਬਖਸ਼ੀਤ ਸਿੰਘ ਜੀ ਸਾਰਿਆਂ ਦਾ ਅੱਜ ਜੀ ਆਇਆਂ ਜੀ ਪਰਮੋਧ ਜੀ ਪਹਿਲਾਂ ਤੁਹਾਡੇ ਨਾਲ ਹੀ ਜ਼ਿਕਰ ਕਰਦੇ ਕਿਉਂਕਿ ਮੁੱਖ ਤੌਰ ਤੇ ਜਿਹੜੀਆਂ ਕਿਸੇ ਵੀ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹ ਕਾਰਪੋਰੇਸ਼ਨ ਦਾ ਸਬੰਧਤ ਹੁੰਦੀਆਂ ਤੁਹਾਡੇ ਹੰਦਰੇ ਮੁਤਾਬਕ ਮੁਹਾਲੀ ਬੜਾ ਵਿਕਸਿਤ ਹੋਇਆ ਕੀ ਲੱਗਦਾ ਤੁਹਾਨੂੰ ਵੀ ਸਭ ਤੋਂ ਵੱਡੀ ਸਮੱਸਿਆ ਮੁਹਾਲੀ ਦੀ ਕਿਹੜੀ ਹੈ ਦੇਖੋ ਮੁਹਾਲੀ ਦੀ ਵੱਡੀ ਸਮੱਸਿਆ ਕਿਹੜੀ ਕਹਿ ਸਕਦੇ ਆ ਜਿਹੜੀ ਕਾਰਪੋਰੇਸ਼ਨ ਨਹੀਂ ਕਰ ਰਹੀ ਹੂੰ ਹੂੰ ਕਾਰਪੋਰੇਸ਼ਨ ਅੱਜ 82ਵੇਂ ਨੰਬਰ ਤੇ ਆ ਗਈ 162ਵੇਂ ਨੰਬਰ ਤੋਂ ਜਿਹੜੀ ਸਫਾਈ ਦੇ ਮਾਮਲੇ 'ਚ ਆ ਓਕੇ ਤੇ ਸਫਾਈ ਦੇ ਸਬੰਧ 'ਚ ਹੁਣ ਵੀ ਉਹਨਾਂ ਨੇ ਪਹਿਲਾਂ ਕੰਟਰੈਕਟ ਜਿਹੜਾ ਸੀਗਾ ਉਹ ਪ੍ਰਾਈਵੇਟ ਕੰਪਨੀ ਕੋ ਸੀਗਾ ਅਸੀਂ ਜਦੋਂ ਨਮਾ ਹੌਸਾਡਾ ਬਣਿਆ ਉਹਦੇ 'ਚ ਇੱਕ ਫੈਸਲਾ ਲਿਆ ਵੀ ਜਿਹੜਾ ਠੇਕੇਦਾਰੀ ਸਿਸਟਮ ਹੈ ਉਹ ਘਟੋ ਘਟ ਨਹੀਂ ਹੋਣਾ ਚਾਹੀਦਾ ਤੇ ਇੱਕ ਉਹਦੇ ਵਿੱਚ 800 ਦੇ ਕਰੀਬ ਜਿਹੜਾ ਸਫਾਈ ਸੇਵਕ ਉਹ ਨਵੇਂ ਰੱਖੇ ਆ ਜਿਹੜੇ ਕਿ ਸਾਡੇ انرੋਲ ਆ ਹੁਣ ਤੇ ਉਹ ਸਿਰਫ ਸੀ ਰੋਡ ਦੇ ਉੱਤੇ ਆਪਣੀ ਸਫਾਈ ਕਰਨਗੇ ਏ ਤੇ ਬੀ ਰੋਡ ਪਹਿਲਾਂ ਏ ਰੋਡ ਤੇ ਇਕੱਲੀ ਮਕੈਨੀਕਲ ਸਵੀਪਿੰਗ ਹੁੰਦੀ ਸੀ ਹੁਣ ਏ ਤੇ ਬੀ ਰੋਡ ਦੋਨੋਂ ਜਿਹੜੀਆਂ ਹਾਂ ਉਹਦੇ ਚ ਮਕੈਨੀਕਲ ਸਵੀਪਿੰਗ ਸ਼ੁਰੂ ਹੋ ਜੇਗੀ ਆਉਣ ਵਾਲੇ ਦਿਨਾਂ ਚ ਓਕੇ ਉਹਦੇ ਨਾਲ ਜਿਹੜਾ ਇਸ ਟਾਈਮ ਥੋੜੀ ਪ੍ਰੋਬਲਮ ਆ ਰਹੀ ਆ ਸਫਾਈ ਦੀ ਉਹ ਬਿਲਕੁਲ ਸੋਲਵ ਹੋ ਜਾਊਗੀ ਕਿਉਂਕਿ ਜਿਹੜਾ 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 ਇੰਟਰਨਲ ਸਟਾਫ ਹੈ ਜਿਹੜਾ ਜਿਹੜਾ ਉਹ ਅੰਦਰ ਇੰਟਰਨਲ ਸੀ ਰੋਡ ਦੀ ਸਫਾਈ ਕਰੇਗਾ ਇਹ ਤੇ ਬੀ ਰੋਡ ਤੇ ਮਕੈਨੀਕਲ ਸਵੀਪਿੰਗ ਪਰ ਇਹ ਤਸੱਲੀ ਵਾਲੀ ਗੱਲ ਨਹੀਂ کہہ ਸਕਦੇ ਵੀ 162 ਨੰਬਰ ਤੋਂ 82 ਤੇ ਆ ਗਿਆ ਤਾਂ ਕਮਾਲ ਕਰਤੀ ਜਦੋਂ 1 2 ਤੇ ਆਊਗਾ ਕਮਾਲ ਤੇ ਉਦੋਂ ਹੋਊਗਾ ਤੁਸੀਂ ਸਾਰੇ ਸੈਕਟਰ ਆਫ ਫੇਸ ਜਿਹੜੇ ਉਹਨਾਂ ਦੀ ਰਾਈਟ ਹੈਂਡ ਐਸੋਸੀਏਸ਼ਨ ਉਹਨੂੰ ਰਿਪਰੈਜ਼ੈਂਟ ਕਰਦੇ ਨੇ ਤੁਹਾਡੇ ਮੁਤਾਬਕ ਕਿਹੜੇ ਮੁੱਦੇ ਨੇ ਇਸ ਵੇਲੇ ਮੁਹਾਲੀ ਦੇ ਸਰ ਮੁਹਾਲੀ ਦੇ ਵਿੱਚ ਸਮੱਸਿਆਵਾਂ ਜ਼ਰੂਰ ਹੈਗੀਆਂ ਹਾਂ ਲੇਕਿਨ ਸਮੱਸਿਆ ਨੂੰ ਹੱਲ ਕਰਨ ਵਾਸਤੇ ਅਸੀਂ ਸਮੇ ਸਮੇਂ ਅਨੁਸਾਰ ਕਮਿਸ਼ਨਰ ਸਾਹਿਬ ਦੇ ਧਿਆਨ ਚ ਲਿਆਨੇ ਆ ਮੇਅਰ ਸਾਹਿਬ ਦੇ ਧਿਆਨ ਚ ਲਿਆਨੇ ਆ ਗਮਾੜਾ ਦੇ ਜਿਹੜੇ ਸੀਏ ਸਾਹਿਬ ਆ ਉਹਨਾਂ ਦੇ ਧਿਆਨ ਚ ਲਿਆਨੇ ਕਿੰਨੀਆਂ ਐਸੋਸੀਏਸ਼ਨਾਂ ਤੁਹਾਡੇ ਨਾਲ ਜੁੜੀਆਂ ਸਾਡੀਆਂ ਐਸੋਸੀਏਸ਼ਨ 65 ਹੈ ਜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਉਹਦੇ ਉੱਪਰ ਅਸੀਂ ਇੱਕ ਕਨਫੈਡਰੇਸ਼ਨ ਬਣਾਈ ਹੈ ਤਾਂ ਕਿ ਅਸੀਂ ਮੁਹਾਲੀ ਸਾਈਡ ਦੇ ਜਿਹੜੇ ਸਾਂਝੇ ਮੁੱਦੇ ਇਕੱਠੇ ਕਰਕੇ ਤੇ ਇੱਕ ਫੋਰਮ ਤੇ ਉਹਨਾਂ ਨਾਲ ਜਿਹੜੀ ਵੀ ਅਥਾਰਟੀ ਕਨਸਰਨਡ ਹੈ ਉਹਦੇ ਨਾਲ ਅਸੀਂ ਪੁਆਇੰਟ ਕਿਹੜੇ ਸਾਰੇ ਅਸੀਂ ਡਿਸਕਸ ਕਰਦੇ ਆ ਓਕੇ ਪਿਛਲੇ ਮਹੀਨੇ ਅਸੀਂ ਮਈ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਮਿਲੇ ਸੀ ਜਿਹਦੇ ਵਿੱਚ ਸਾਡੇ 22 ਪੁਆਇੰਟ ਸੀਗੇ ਅਲੱਗ ਅਲੱਗ ਐਸੋਸੀਏਸ਼ਨਾਂ ਨੇ ਸਾਨੂੰ ਦਿੱਤੇ ਸੀ ਉਹ ਇਕੱਠੇ ਕਰਕੇ ਅਸੀਂ ਉਹ ਉਹਨਾਂ ਨਾਲ ਡਿਸਕਸ ਕੀਤੇ ਜਿੱਦਾਂ ਹੁਣ ਤੁਸੀਂ ਪਾਰਕਾਂ ਦੀ ਮੇਨਟੇਨ ਕਰਨਾ ਜੀ ਕੌਂਸਲਰ ਸਾਹਿਬ ਨੇ ਦੱਸਿਆ ਕਿ ਮੁਹਾਲੀ ਦਾ ਰੈਂਕ ਜਿਹੜਾ ਹੈ 82 83 ਜਿਹੜਾ ਆਇਆ ਹੈ ਜੀ ਉੱਥੇ ਫੈਸਲਾ ਆਇਆ ਸੀ ਵੀ ਅਸੀਂ ਸਾਰੇ ਰਲ ਮਿਲ ਕੇ ਆਓ ਇੱਕ ਮੋਹਾਲੀ ਨੂੰ ਬਹੁਤ ਸੁੰਦਰ ਸ਼ਹਿਰ ਜਿਹੜਾ ਬਣਾਇਆ ਜਾਵੇ ਤਾਂ ਕਿ ਸੈਡੀ ਵੀ ਰੈਂਕਿੰਗ ਜਿਹੜੀ ਆ ਕਮਸ ਕਮ ਪਹਿਲੇ 10 ਨੰਬਰਾਂ ਤੇ ਆਣੀ ਚਾਹੀਦੀ ਹੈ ਔਰ ਇਹਦੇ ਲਈ ਯਤਨ ਜਿਹੜੇ ਨੇ ਆਮ ਪਬਲਿਕ ਨੂੰ ਵੀ ਕਰਨੇ ਪੈਣਗੇ ਪਬਲਿਕ ਨੂੰ ਅਸੀਂ ਜਿਆਦਾ ਕਹਿਨੇ ਕਰਨੇ ਚਾਹੀਦੇ ਆ ਕਿਉਂਕਿ ਜਿਹੜੀ ਰੈਜ਼ਿਡੈਂਸ ਹੈ ਵੈਲਫੇਅਰ ਐਸੋਸੀਏਸ਼ਨ ਹੈ ਸਰ ਉਹਨਾਂ ਦੇ ਨਾਲ ਲੱਗਦੇ ਜਿਹੜੇ ਪਾਰਕ ਹੈ ਨਾਲ ਲੱਗਦੀਆਂ ਸੜਕਾਂ ਜਿਹੜੀਆਂ ਹੈ ਜਦ ਤੱਕ ਪਬਲਿਕ ਅਵੇਅਰ ਨਹੀਂ ਹੋਏਗੀ ਕੌਂਸਲਰ ਨੂੰ ਨਹੀਂ ਦੱਸੇਗੀ ਕਮਿਸ਼ਨਰ ਦੇ ਧਿਆਨ ਚ ਨਹੀਂ ਲਿਆਵਾਂਗੇ ਤੇ ਆਪਣੇ ਆਪਣੇ ਸ਼ਹਿਰ ਨੂੰ ਅਸੀਂ ਸੁੰਦਰ ਨਹੀਂ ਬਣਾਉਂਦੇ ਮੈਂ ਛੋਟੀ ਜੀ ਗੱਲ ਕਰ ਲਾਂ ਕੈਨੇਡਾ ਜਦੋਂ ਕਿਤੇ ਜਾਈਦਾ ਹੈ ਜੇ ਟੌਫੀ ਵੀ ਖਾ ਲਈਏ ਤੇ ਉਹਦਾ ਜਿਹੜਾ ਵਰਕ ਹੈ ਹਾਂਜੀ ਉਹ ਆਪਣੀ ਜੇਬ ਚ ਪਾ ਕੇ ਰੱਖੀਦਾ ਜਿੱਦਾਂ ਤੇ ਸਾਨੂੰ ਡਸਪਿੰਨ ਨਹੀਂ ਮਿਲਦਾ ਬਿਲਕੁਲ ਲੱਗਦਾ ਨਹੀਂ ਵੀ ਜੇ ਮੁਹਾਲੀ ਦੇ ਲੋਕ ਵੇਸਟ ਜਿਹੜੀ ਨੇ ਉਹ ਖਾਲੀ ਪਾਣੀ ਦੀਆਂ ਬੋਤਲਾਂ ਹੋ ਸਕਦੀਆਂ ਨੇ ਉਹ ਉਹ ਤੁਸੀਂ ਕੋਈ ਫਾਸਟ ਫੂਡ ਖਾਰੇ ਜੇ ਉਹਦਾ ਕੋਈ ਬਕਸਾ ਹੋ ਸਕਦਾ ਉਹਦੀ ਪੈਕਿੰਗ ਹੋ ਸਕਦੀ ਤੁਸੀਂ ਆਪ ਹੀ ਕਰੋ ਤੇ ਮੈਨੂੰ ਲੱਗਦਾ ਆਪਣੇ ਆਪ ਹੀ ਮੁਹਾਲੀ ਸਾਫ਼ ਨਹੀਂ ਹੋ ਜਾਊ ਸਰ ਕਾਰਪੋਰੇਸ਼ਨ ਦੀ ਸੈਗਰੀਗੇਸ਼ਨ ਦੀ ਇੱਕ ਸਕੀਮ ਹੈ ਕਿ ਤੁਸੀਂ ਆਪਣੇ ਘਰਾਂ ਦੇ ਬਾਹਰ ਜਿਹੜੇ ਆ ਗਿੱਲਾ ਕੂੜਾ ਤੇ ਸੁੱਕਾ ਕੂੜਾ ਨਹੀਂ ਮੇਰਾ ਮਤਲਬ ਉਹ ਤੇ ਹੋ ਗਿਆ ਜਿਹੜੇ ਚੱਲਦੇ ਫਿਰਦੇ ਬਾਜ਼ਾਰਾਂ ਚ ਅਸੀਂ ਗੰਦ ਪਾਉਂਦੇ ਆਂ ਜੀ ਆਮ ਤੌਰ ਤੇ ਐਕਚੁਅਲੀ ਆਪਣੇ ਬੱਚਿਆਂ ਨੂੰ ਅਵੇਅਰ ਹੀ ਨਹੀਂ ਕਰਦੇ ਜੀ ਜਦੋਂ ਅਸੀਂ ਮਾਰਕੀਟ ਕੋਈ ਸਮਾਨ ਲੈਣ ਜਾਂਦੇ ਆਂ ਖਾਂਦੇ ਦੇ ਬਾਹਰ ਛੁੱਟ ਦਿੰਦੇ ਆਂ ਮੈਂ ਐਗਜ਼ਾਮਪਲ ਦਿੰਦਾ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ ਮੇਰੀ ਖਾਂਦਾ ਹੁੰਦਾ ਵੀ ਸਾਡਾ ਘਰ ਸਾਫ਼ ਹੋਵੇ ਤੇ ਬਾਕੀ ਜਾਵੇ ਖੂਚ ਮੇਰੀ ਬੇਟੀ ਚੱਲੇਗੀ ਪਿਛਲੀ ਵਾਰੀ ਉਹ ਜਦੋਂ ਇੱਥੇ ਆਈ ਮੈਂ ਖੁਦ ਮਹਿਸੂਸ ਕੀਤਾ ਜਦੋਂ ਮੈਂ ਕੋਈ ਚੀਜ਼ ਲਈ ਤੇ ਬਾਹਰ ਫੈਂਕਣ ਲੱਗਾ ਤਾਂ ਮੇਰੀ ਬੇਟੀ ਨੇ ਹੱਥ ਪਾਇਆ ਹਾਂ ਹਾਂ ਪਪਾ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਕਿ ਅਸੀਂ ਏਡੇ ਵੱਡੇ ਵਧੀਆ ਹਿੰਦੁਸਤਾਨ 'ਚ ਰਹਿ ਰਹੇ ਆਂ ਵੀ ਅਸੀਂ ਖੁਦ ਸਣੀਦ ਮੈਂ ਕੈਨੇਡਾ ਗਿਆ ਸੀ ਫਸਟ ਟਾਈਮ ਉਦੋਂ ਬੜਾ ਖਾਸ ਲੱਗਦਾ ਸੀ ਤੇ ਮੈਂ ਆ ਕੇ ਫਿਰ ਆਰਟੀਕਲ ਲਿਖਿਆ ਉਦੋਂ ਮੈਂ ਪੰਜਾਬੀ ਟ੍ਰਿਬਿਊਨ 'ਚ ਮੈਂ ਲਿਖਿਆ ਸੀ ਵੀ ਜੇ ਕੈਨੇਡਾ ਵਾਂਗ ਇੰਡੀਆ ਦੇ ਲੋਕ ਸਿਆਣੇ ਹੋ ਜਾਣ ਤੇ ਇੰਡੀਆ ਗੰਦਾ ਹੀ ਨਹੀਂ ਹੋ ਸਕਦਾ ਨਹੀਂ ਗੰਦਾ ਜੇ ਇਹ ਗੰਦ ਨਹੀਂ ਸੁਟਾਂਗੇ ਤੇ ਗੰਦਾ ਕਿਵੇਂ ਹੋ ਜਾਊਗਾ ਬਖਸ਼ੇ ਜੀ ਤੁਸੀਂ ਨਵੇਂ-ਨਵੇਂ ਪ੍ਰਧਾਨ ਬਣੇ ਜੇ ਫੇਸ 11 ਦੇ ਆ ਪਹਿਲੀ ਗੱਲ ਤੇ ਮੁਬਾਰਕਾਂ ਕੀ ਕੀ ਮੁੱਦੇ ਨੇ ਤੁਹਾਡੇ ਜਿਹੜੇ ਫੇਜ਼ ਕਿਉਂਕਿ ਪੁਰਾਣੇ ਸੈਕਟਰ ਜਿਹੜੇ ਨੇ ਫੇਜ਼ ਨੇ ਕਹਿੰਦੇ ਉੱਥੇ ਜਾਇਰੀਆਂ ਮੁਸ਼ਕਲਾਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਦਾ ਸਮਰ న్యూਸ ਦੇ ਸੀਨੀਅਰ ਐਡੀਟਰ ਫੌਦਾ ਅਚਲੋਚਨ ਸਿੰਘ ਜੀ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸ਼ਹਿਰ ਦੇ ਮਸਲਿਆਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਮਿਹਰਬਾਨੀ ਜਿਹੜੇ ਸਾਡੇ ਪੁਰਾਣੇ ਸੈਕਟਰਾਂ ਦੇ ਇਸ਼ੂ ਨੇ ਸਭ ਤੋਂ ਪਹਿਲਾਂ ਤਾਂ ਕੁਝ ਪਾਣੀ ਦੇ ਬੜੇ ਵੱਡੇ ਇਸ਼ੂ ਸੀ ਪਾਣੀ ਆਉਂਦਾ ਹੀ ਨਹੀਂ ਸੀ ਹਾਂ ਹਾਂ ਉਹ ਪ੍ਰੋਬਲਮ ਕੁਛ ਅੱਛਾ ਪ੍ਰੋਬਲਮ ਕਾਫੀ ਸੀ ਪਾਣੀ ਬਹੁਤ ਪ੍ਰੋਬਲਮ ਸੀ ਪ੍ਰੋਬਲਮ ਇੰਨੀ ਜ਼ਿਆਦਾ ਸੀ ਕਿ ਕਿਚਨ ਦੇ ਵਿੱਚ ਫਿਲਟਰ ਤੱਕ ਪਾਣੀ ਨਹੀਂ ਸੀ ਪਹੁੰਚਦਾ ਓਕੇ ਹਾਰਡਲੀ ਇਹ ਲੱਛਣ ਤੋਂ ਪਹਿਲਾਂ ਮਤਲਬ ਹਫਤਾ ਦਸ ਦਿਨ ਸਾਡੇ ਪਾਣੀ ਆਇਆ ਉਹ 64 ਲੱਖ ਦੀ ਪਾਈਪ ਪਾ ਕੇ 10 ਫੇਸ ਤੋਂ ਲਿਆ ਕੇ ਸਿੱਧੀ 1100 ਓਕੇ ਸਾਡੇ ਪਾਣੀ ਦੀ ਪ੍ਰੋਬਲਮ ਉਹ ਹੱਲ ਹੋਈ ਜੀ ਜੀ ਪਰ ਹੁਣ ਜਿਹੜੀ ਮੇਜਰ ਪ੍ਰੋਬਲਮ ਪਾਣੀ ਦੀ ਹੋਰ ਆ ਰਹੀ ਹੈ ਕਿ ਪਾਵਰ ਕਿਤੇ ਸ਼ਟਡਾਊਨ ਹੋ ਜਾਂਦੀ ਹੈ ਤੇ ਉਸੇ ਵੇਲੇ ਹੀ ਪਾਣੀ ਜਿਹੜਾ ਚਲੇ ਜਾਂਦਾ ਟਿਊਬਲਰਾਈਜ ਆਉਂਦਾ ਨਹੀਂ ਪਾਣੀ ਆਉਂਦਾ ਟਿਊਬਲਰ ਨਹੀਂ ਹੈ ਦੂਸਰਾ ਇਹ ਹੈ ਕਿ ਸਟੋਰੇਜ ਦੀ ਕਪੈਸਿਟੀ ਜਿਹੜੀ ਆ ਉਹ ਬਹੁਤ ਘੱਟ ਹੈ ਮੰਨ ਲਓ ਕਜੌਲੀ ਤੋਂ ਪਾਣੀ ਆ ਰਿਹਾ ਉੱਥੇ ਕੋਈ ਫਾਲਟ ਪੈ ਗਿਆ ਰਸਤੇ 'ਚ ਪਾਲਟ ਪੈ ਗਿਆ ਸਾਡੀ ਸਟੋਰੇਜ ਕਪੈਸਿਟੀ ਇੰਨੀ ਘੱਟ ਹੈ ਕਿ ਉਹ ਹਾਲੇ 2 ਘੰਟਾ 2 ਘੰਟੇ ਚੱਲਣਗੇ ਲੋ ਪ੍ਰੈਸ਼ਰ ਦੇ ਨਾਲ ਉਹਦੇ ਵਾਸਤੇ ਕੋਪਰਾਲਾ ਸੀ ਅਸੀਂ ਮੇਅਰ ਸਾਹਿਬ ਨੂੰ ਵੀ ਬੁਲਾਇਆ ਸੀ ਓਨਰ ਕਰਨ ਵਾਸਤੇ ਪਲਾਡ ਦਾ ਉਦਘਾਟਨ ਕਰਨਾ ਸੀਗਾ ਓਕੇ ਤੇ ਉੱਥੇ ਐਸ ਡੀਓ ਪਾਣੀ ਵਾਲਾ ਤੇ ਜੇ ਪਾਣੀ ਵਾਲਾ ਆਇਆ ਸੀ ਉਹਨਾਂ ਨੇ ਸਵਾਲ ਕੀਤਾ ਸੀਗਾ ਵੀ ਇਹ ਮਸਲੇ ਦਾ ਹੱਲ ਕੀ ਆ ਉਹਨਾਂ ਨੇ ਇਹ ਗੱਲ ਦੱਸੀ ਕਿ ਸ਼ਹਿਰ ਦੇ ਵਿੱਚ ਪਾਣੀ ਦੀ ਕਪੈਸਿਟੀ ਜਿਹੜੀ ਆ ਨਾ ਸਟੋਰੇਜ ਕਪੈਸਿਟੀ ਨੂੰ ਵਧਾਈ ਜਾਵੇ ਤੁਹਾਡੇ ਵਾਲਾ ਜਿੱਥੋਂ ਤੱਕ ਸਵਾਲ ਹੈ ਸਾਡੇ ਕੋਲ ਜਗ੍ਹਾ ਹੈਗੀ ਆ 3 ਕਰੋੜ ਦਾ ਅਸਟੀਮੇਟ ਹੈ ਤੇ ਤੁਸੀਂ ਜੋ ਸਾਡੀ ਪ੍ਰੋਵੀਜ਼ਨ ਕਰਾ ਦਿਓ ਅਸੀਂ ਸਟੋਰੇਜ ਕਰ ਦਵਾਂਗੇ 2 ਦਿਨ ਪਿੱਛੋਂ ਪਾਣੀ ਨਾ ਆਵੇ ਸਾਡਾ ਕੰਮ ਮਸਲਾ ਹੱਲ ਹੋ ਜਾਏਗਾ ਸੋ ਇਹੋ ਜਿਹੀਆਂ ਜਿਹੜੀਆਂ ਨਾ ਗੱਲਾਂ ਦੀ ਸਾਨੂੰ ਜ਼ਰੂਰਤ ਹੈ ਜਿਵੇਂ ਪ੍ਰੋਜੈਕਟ ਹੈਗੇ ਇਦਾਂ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਜੀ ਪਾਣੀ ਪਹਿਲਾਂ ਸ਼ਹਿਰ ਨੂੰ 20 ਐਮ ਜੀ ਡੀ ਪਾਣੀ ਆਉਂਦਾ ਸੀਗਾ ਉਹਦੇ ਚ ਜਿਹੜਾ 10 ਐਮ ਜੀ ਡੀ ਪਾਣੀ ਮਤਲਬ 30 ਐਮ ਜੀ ਡੀ ਦੀ ਸਾਡੀ ਡਿਮਾਂਡ ਮਤਲਬ ਹੈਗੀ ਆ ਵੀ ਸਾਨੂੰ ਪਾਣੀ ਚਾਹੀਦਾ ਪੂਰੇ ਮਹਾਲੀ ਸ਼ਹਿਰ ਨੂੰ ਉਹ 10 ਐਮ ਜੀ ਡੀ ਪਾਣੀ ਟਿਊਬਲ ਜਿਹੜੇ ਸੇ ਵੱਖ-ਵੱਖ ਸੈਕਟਰਾਂ 'ਚ ਲੱਗੇ ਆ ਉਹਨੂੰ ਚਲਾ ਕੇ ਪੂਰਾ ਕਰਦੇ ਸੀਗੇ। ਓਕੇ ਕਿਉਂਕਿ ਜ਼ਮੀਨ ਦਾ ਪਾਣੀ ਘਟਦਾ ਜਾ ਰਿਹਾ ਤੇ ਇਸ ਟਾਈਮ ਕੀ ਕਰਿਆ ਕਾਰਪੋਰੇਸ਼ਨ ਨੇ ਟਿਊਬਲ ਬਿਲਕੁਲ ਅਸੀਂ ਬੰਦ ਕਰ ਦਿੱਤੇ ਆ। ਓਕੇ ਜਿਹੜਾ ਸਾਡਾ ਪਿੱਛੋਂ 20 ਐਮ ਜੀ ਡੀ ਸਾਨੂੰ ਹਾਂ ਬਿਲਕੁਲ ਨਹੀਂ ਆ ਰਿਹਾ। ਹਾਂਜੀ 20 ਐਮ ਜੀ ਡੀ ਪਾਣੀ ਸਾਨੂੰ ਹੋਰ ਮਿਲ ਗਿਆ। ਇਸ ਟਾਈਮ ਬਿਲਕੁਲ ਮੁਹਾਲੀ ਤੋਂ ਪਾਣੀ ਡਬਲ ਮਿਲ ਗਿਆ। ਦੁਪਹਿਰ ਨੂੰ ਵੀ ਪਾਣੀ ਆਉਣ ਲੱਗਾ ਪਾਣੀ ਦੀ ਕੋਈ ਸਮੱਸਿਆ ਨਹੀਂ। ਸਮੱਸਿਆ ਕੀ ਆ ਸਾਡੇ ਅਲੱਗ-ਅਲੱਗ ਜਗ੍ਹਾ ਤੇ ਸੈਕਟਰ ਵਾਈਜ਼ ਸੰਪ ਬਣੇ ਪਾਣੀ ਨੂੰ ਸਟੋਰ ਕਰਦੇ ਹਾਂ ਉੱਥੇ ਉਹਨੂੰ ਪੰਪ ਕਰਕੇ ਕਈ ਵਾਰੀ ਬਿਜਲੀ ਨਹੀਂ ਹੁੰਦੀ ਤਾਂ ਕਈ ਵਾਰੀ ਉਹ ਪੰਪ ਨਹੀਂ ਹੁੰਦਾ ਤੇ ਉਹ ਹੀ ਜੀ ਕੋਈ ਹੁਣ ਡਾਇਰੈਕਟ ਆ ਰਿਹਾ ਪਾਣੀ ਕੋਈ ਮੋਟਰ ਨਹੀਂ ਚੱਲਦੀ ਸਾਡੇ ਕੋਈ ਟਿਊਬਲ ਬੰਦ ਹੋ ਚੁੱਕੇ ਆ ਸਿਰਫ ਜਿੱਦਾਂ ਹੁਣ ਕੋਈ ਫਲੈਟ ਹੈਗੇ ਉਹਨਾਂ ਦੇ ਚ ਉਹ ਸੰਪ ਬਣਾ ਦਿੰਦੇ ਅੰਡਰਗਰਾਉਂਡ ਸੰਪ ਹੁੰਦਾ ਉਹ ਜੇ ਪਾਣੀ ਸਟੋਰ ਕਰਕੇ ਤੇ ਅਸੀਂ ਉਹਨੂੰ ਪੰਪ ਕਰਕੇ ਉਹ ਦਾ ਪੰਪਿੰਗ ਦੀ ਕਿਤੇ ਪ੍ਰੋਬਲਮ ਹੈ ਹਾਂ ਉਹ ਪੰਪ ਕਰਕੇ ਕਿਉਂਕਿ ਪੂਰੇ ਉੱਪਰਲੇ ਮਜਲਾਂ ਦੇ ਪਾਣੀ ਪਹੁੰਚਾਉਣਾ ਹੁੰਦਾ ਇਸ ਕਰਕੇ ਉਹਨਾਂ ਨੂੰ ਪੰਪ ਕਰਕੇ ਪਹੁੰਚਾਇਆ ਜਾਂਦਾ ਮੇਰਾ ਖਿਆਲ ਵੀ ਹੁਣ ਜਿਹੜਾ 345 ਕਰੋੜ ਦੀ ਲਾਗਤ ਨਾਲ ਸਿੰਘਪੁਰਾ ਟ੍ਰੀਟਮੈਂਟ ਪਲਾਂਟ ਲੱਗਾ ਆ ਸਾਨੂੰ ਡਾਇਰੈਕਟ ਪਾਣੀ ਜਿਹੜਾ ਉਹ ਸਾਨੂੰ ਜਿਹੜਾ ਮਹੀਆ ਹੋਇਆ ਸੈਣੀ ਸਾਹਿਬ ਮੁੱਖ ਤੌਰ ਤੇ ਕਿਹੇ ਵੀ ਸ਼ਹਿਰ ਦੀਆਂ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੰਬਰ 1 ਪਾਣੀ ਨੰਬਰ 2 ਬਿਜਲੀ ਤੇ ਨੰਬਰ 3 ਸਫਾਈ ਪਾਣੀ ਤੇ ਬਿਜਲੀ ਦਾ ਤੁਹਾਡੇ ਮੁਤਾਬਕ ਕੀ ਹਾਲ ਹੈ ਦੇਖੋ ਜੀ ਪਾਣੀ ਦੀ ਜਿੱਦਾਂ ਸਾਡੇ ਸਾਥੀ ਨੇ ਕਿਹਾ ਪਾਣੀ ਦੀ ਇਸ ਵੇਲੇ ਕੋਈ ਸਮੱਸਿਆ ਨਹੀਂ ਹੈ ਓਕੇ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੇ ਜਿਹੜੇ ਤਿੰਨ ਮੰਜ਼ਲੀ ਜਾਂ ਚਾਰ ਮੰਜ਼ਲੀ ਮਕਾਨ ਆ ਉਹਨਾਂ ਵਿੱਚ ਵੀ ਪ੍ਰੈਸ਼ਰ ਪ੍ਰੋਪਰ ਜਾ ਰਿਹਾ ਔਰ ਇਸ ਵੇਲੇ ਜਿੱਦਾਂ ਇਹਨਾਂ ਨੇ ਦੱਸਿਆ ਤਿੰਨ ਟਾਈਮ ਪਾਣੀ ਆ ਰਿਹਾ ਵਿੱਚ ਟਾਈਮ ਜਿਹੜਾ ਉਹਨਾਂ ਨੇ ਟਾਈਮ ਕਰਤੇ ਹੈ ਪਾਣੀ ਦੀ ਸਮੱਸਿਆ ਕੋਈ ਨਹੀਂ ਸਾਡੀ ਇੱਕ ਬੜੀ ਵੱਡੀ ਸਮੱਸਿਆ ਜੀ ਜਦੋਂ ਕਿਤੇ ਬਾਰਿਸ਼ ਆਉਂਦੀ ਹੈ ਸਰ ਖਾਸ ਕਰਕੇ ਮੈਂ 5 ਫੇਸ ਦੀ ਇੱਥੇ ਉਦਾਹਰਨ ਦੇਣਾ ਚਾਹਨਾ ਉੱਥੇ ਸਾਡੇ ਘਰਾਂ ਦੇ ਵਿੱਚ 7 7 8 8 ਫੁੱਟ ਪਾਣੀ ਘਰਾਂ ਦੇ ਅੰਦਰ ਵੜ ਜਾਂਦਾ ਸੀ ਉਹ ਕਿਉਂ ਜੀ ਸੀਵਰੇਜ ਸੀਵਰੇਜ ਬਲੋਕੇਜ ਪਰ ਹੁਣ ਕਾਰਪੋਰੇਸ਼ਨ ਨੇ ਪੰਜ ਫੇਸ ਦਾ ਮੰਦਰ ਤੋਂ ਲੈ ਕੇ ਗੁਰਦੁਆਰੇ ਦੇ ਵਿੱਚ ਜੀ ਉਹ ਜਿਹੜਾ ਪ੍ਰੋਜੈਕਟ ਚਲਾਇਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਲੱਗਦਾ ਕਿ ਸਾਡੀ ਉਹ ਸਮੱਸਿਆ ਜਿਹੜੀ ਹੈ ਮੋਹਾਲੀ ਦੀ ਖਾਸ ਇਹ ਚੰਡੀਗੜ੍ਹ ਦਾ ਪਾਣੀ ਸਾਡੇ ਪੰਜ ਫੇਸ ਆਂਦਾ ਸੀ ਓਕੇ ਚੰਡੀਗੜ੍ਹ ਦਾ ਪਾਣੀ ਜਿਹੜਾ ਪੰਜ ਫੇਸ ਤੱਕ ਆਂਦਾ ਸੀ ਮਾਰ ਕਰਦਾ ਸੀ ਉਹ ਹੁਣ ਇਹਨਾਂ ਨੇ ਕਰਤੀ ਹੈ ਉਹ ਮੈਨੂੰ ਲੱਗਦਾ ਬਿਜਲੀ ਦੀ ਸਮੱਸਿਆ ਜਿਹੜੀ ਹੈ ਥੋੜੀ ਬੋਤੀ ਇਹਨਾ ਦੇਣਾ ਚਾਹੀ ਹੈ ਪਹਿਲਾਂ ਕੋਈ ਸਮੱਸਿਆ ਬਿਜਲੀ ਦੀ ਨਹੀਂ ਸੀ ਮੈਨੂੰ ਲੱਗਦਾ ਇਹ ਵੀ ਸਮੱਸਿਆ ਬਿਜਲੀ ਦੀ ਜਿਹੜੀ ਹੈ ਪਰਮੋਦ ਜੀ ਮੈਂ ਆਪ ਦੇਖਿਆ ਵੀ ਜਿਹੜੇ ਰਾਈਡੈਂਸ ਨੇ ਹੀ ਵਰਸਨੀਕ ਆ ਬਿਜਲੀ ਪਾਣੀ ਦੀ ਗੱਲ ਕਰਦੇ ਆ ਜਾਂ ਸਟਰੀਟ ਲਾਈਟਾਂ ਦੀ ਗੱਲ ਕਰਦੇ ਆ ਜੇ ਆਪਾਂ ਚੰਡੀਗੜ੍ਹ ਦੇ ਸੰਦਰਭ ਚ ਦੇਖੀਏ ਮੋਹਾਲੀ ਬਿਲਕੁਲ ਨਾਲ ਲੱਗਦਾ ਟ੍ਰੈਫਿਕ ਦੀ ਕਿੰਨੀ ਮਾੜੀ ਹਾਲਤ ਹੈ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਨੇ ਪੁਲਿਸ ਦੇ ਖੜੇ ਹੋਣਗੇ ਚੌਕ ਤੇ ਬੈਠੇ ਹੋਣਗੇ ਚੌਕ ਤੇ ਚੰਡੀਗੜ੍ਹ ਪੁਲਿਸ ਵਾਂਗ ਐਕਟਿਵ ਨਹੀਂ ਹੋਣਗੇ ਲੱਗਦਾ ਨਹੀਂ ਰੋਹਨ ਜੀ ਉਹਦਾ ਕਾਰਨ ਇੱਕ ਵੱਡਾ ਮੇਰੇ ਖਿਆਲ ਜਿੰਨੀ ਪੰਜਾਬ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹਦੇ ਬਰਾਬਰ ਚੰਡੀਗੜ੍ਹ ਦੀ ਕੱਲੇ ਦੀ ਆ ਟ੍ਰੈਫਿਕ ਪੁਲਿਸ ਗਿਣਤੀ ਦੇ ਮਤਲਬ ਦੇਖਿਆ ਜਾਵੇ ਤਾਂ ਨਹੀਂ ਫਿਰ ਇਹ ਕਿਹਦਾ ਕਸੂਰ ਹੈ ਚੰਡੀਗੜ੍ਹ ਪੁਲਿਸ ਦਾ ਕਸੂਰ ਹੈ ਨਹੀਂ ਚੰਡੀਗੜ੍ਹ ਪੁਲਿਸ ਉਹਨਾਂ ਕੋਈ ਜ਼ਿਆਦਾ ਐਸਾ ਕੋ ਉਹਨਾਂ ਦੀ ਉਹਨਾਂ ਤਾਂ ਹੀ ਉਹਨਾਂ ਦਾ ਕੰਟਰੋਲ ਹੈ ਟ੍ਰੈਫਿਕ ਤੇ ਕੋਈ ਜ਼ਿਆਦਾ ਨਹੀਂ ਕਿ ਜਿੰਨੀ ਲੋਡ ਹੈ ਇਹਨੇ ਵੀ ਫਾਲਤੂ ਉੱਥੇ ਖੜੇ ਕੀਤੇ ਨੇ ਨਹੀਂ ਫਾਲਤੂ ਨਹੀਂ ਖੜੇ ਕੀਤੇ ਇੱਥੇ ਵੀ ਮਤਲਬ ਉੱਥੇ ਜਿੰਨੀ ਟ੍ਰੈਫਿਕ ਪੁਲਿਸ ਫਿਰ ਕਹਿ ਰਹ ਮਲਾਜਮ ਖੜੇ ਹੋਣਗੇ ਐਕਟਿਵ ਨਹੀਂ ਹੋਣਗੇ ਮੈਂ ਇਸ ਪੁਆਇੰਟ ਤੇ ਥੋੜਾ ਐਡ ਕਰਨਾ ਚਾਹਾਂਗਾ ਸਰ ਹੂੰ ਪੁਲਿਸ ਹੈਗੀ ਐ ਲੇਕਿਨ ਅਸੀਂ ਲੋਕ ਜਦੋਂ ਚੰਡੀਗੜ੍ਹ ਜਾਂਦੇ ਆ ਆਪਣੀ ਗੱਡੀ ਵੀ ਸਲੋ ਕਰ ਲੈਂਦੇ ਆ ਆਪਾਂ ਸਿਸਟਮ 'ਚ ਵੀ ਚੱਲਦੇ ਆ ਜਦੋਂ ਅਸੀਂ ਲੋਕ ਮੋਹਾਲੀ ਚ ਆ ਜਾਂਦੇ ਆ ਤਾਂ ਅਸੀਂ ਲਾਈਟ ਜੰਪ ਕਰਨੀ ਸ਼ੁਰੂ ਕਰ ਦਿੰਦੇ ਆ ਲਾਪਰਵਾਹ ਜਾਂਦੇ ਆ ਅਸੀਂ ਐਸਐਸਪੀ ਸਾਹਿਬ ਨੂੰ ਇਹ ਪੁਆਇੰਟ ਰੱਖਿਆ ਸੀ ਹੁਣ ਅੱਗੇ ਕਿ ਤੁਸੀਂ ਜਿਹੜੇ ਤੁਹਾਡੇ ਅਫੀਸਰ ਆ ਜਾਂ ਆਫੀਸ਼ੀਅਲ ਹੈ ਉਹ ਕੰਮ ਸਕਾਮ ਚੌਂਕ ਦੇ ਫਰੰਟ ਤੇ ਖੜੇ ਹੋਣ ਇਹ ਨਾ ਹੋਵੇ ਉਹ ਸਾਈਡਾਂ ਤੇ ਖੜੇ ਹੋਣ ਤਾਂ ਕਿ ਲੋਕਾਂ ਨੂੰ ਆਪਾਂ ਇੱਕ ਆਰਦਤ ਪਾਈਏ ਸਣੀ ਜੀ ਮੈਂ ਦੇਖਦਾ ਮੈਂ ਹੁਣ ਆਉਂਦਾ ਜਦੋਂ ਇੱਥੇ 에ਰਪੋਰਟ ਰੋਡ ਤੇ ਮੁਹਾਲੀ ਦਫਤਰ ਹੈ ਸਾਡੇ ਜਿੱਥੇ ਗੱਲ ਕਰ ਰਹੇ ਆ ਟ੍ਰੈਫਿਕ ਪੁਲਿਸ ਮੁਹਾਲੀ ਦੇ ਮੁਲਾਜ਼ਮ ਉਹ ਉਹ ਸਬ ਇੰਸਪੈਕਟਰ ਹੋ ਸਕਦਾ ਏਆਈਐਸਆਈ ਹੋ ਸਕਦਾ ਬਕਾਇਦਾ ਕੁਰਸੀਆਂ ਰੱਖੀਆਂ ਸੜਕ ਦੇ ਕੰਢੇ ਕੁਰਸੀ ਤੇ ਬੈਠੇ ਨੇ ਜਨਾਬ ਮੈਂ ਇਹੋ ਤੇ ਬੇਨਤੀ ਕਰ ਰਿਹਾ ਹਾਂ ਉਹਨਾਂ ਨੂੰ ਮੈਂ ਇਹੋ ਗੱਲ ਕਹੀ ਉਹਨਾਂ ਨੂੰ ਕਿ ਤੁਸੀਂ ਜਿਹੜੇ ਪੁਲਿਸ ਦੀ ਡਿਊਟੀ ਲਾਉਂਦੇ ਹੋ ਉਹ ਚੌਂਕ ਦੇ ਸੈਂਟਰ 'ਚ ਖੜੇ ਹੋਣ ਤੇ ਲੋਕਾਂ ਨੂੰ ਥੋੜਾ ਡਰ ਹੋਵੇ ਚੰਡੀਗੜ੍ਹ 'ਚ ਡਰ ਹੈ ਪੁਲਿਸ ਦਾ ਸਰ ਹੁਣ ਤਾਂ ਪੁਲਿਸ ਚੰਡੀਗੜ੍ਹ ਨੇ ਕੈਮਰੇ ਲਾਤੇ ਪੁਲਿਸ ਮਿਲੇਗੀ ਨਹੀਂ ਤਾਂ ਉਹਨਾਂ ਨੂੰ ਤਾਂ ਬੋਡੀ ਕੈਮਰਾ ਵੀ ਲੱਗ ਗਏ ਜੀ ਉਹ ਕਿਸੇ ਨਾ ਮਿਸਭੇਵ ਕਰਨਗੇ ਉਹ ਵੀ ਰਿਕਾਰਡ ਹੋ ਜਾਣਾ ਬਖਸ਼ ਜੀ ਇੱਕ ਦੱਸੋ ਟ੍ਰੈਫਿਕ ਪੁਲਿਸ ਦੀ ਗੱਲ ਨਬੇੜ ਈ ਆਪਾਂ ਚੰਡੀਗੜ੍ਹ 'ਚ ਚਲੋ ਹੁਣ ਤਾਂ ਕਰੋਨਾ ਕਰਕੇ ਉਹ ਉਹ ਐਂਟੀ ਡਰੰਕਨ ਜਿਹੜੇ ਨਾਕੇ ਨੇ ਉਹ ਬੰਦ ਕਰ ਦਿੱਤੇ ਨੇ ਮੋਹਾਲੀ ਦੇ ਲੋਕ ਸ਼ਰਾਬ ਨਹੀਂ ਪੀਂਦੇ ਇੱਥੇ ਇਹ ਨਾਕੇ ਕਿਉਂ ਨਹੀਂ ਲੱਗਦੇ ਮੈਂ ਇਹਦੇ ਬਾਰੇ ਥੋੜਾ ਜਿਹਾ ਇਹ ਕਹਿਣਾ ਚਾਹੂੰਗਾ ਕਿ ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਸਟਿੱਕਨੈਸ ਹੈ ਡਰੰਕਰ ਜਿਹੜਾ ਉਹਦਾ ਜੁਰਮਾਨਾ ਬਹੁਤ ਹੈਵੀ ਹੈ ਠੀਕ ਹੈ ਬੰਦਾ ਹਰੇਕ ਅਵਾਈਡ ਕਰਦਾ ਕਿ ਨਹੀਂ ਡਰਿੰਕ ਕਰਕੇ ਨਹੀਂ ਗੱਡੀ ਚਲਾਉਣੀ ਜਿੱਥੋਂ ਤੱਕ ਮੁਹਾਲੀ ਦਾ ਮਸਲਾ ਮੈਂ ਫੇਰ ਸਪਸ਼ਟ ਕਰਦਾ ਕਾਨੂੰਨ ਪੰਜਾਬ 'ਚ ਵੀ ਉਹੀ ਨੇ ਹਾਂ ਮੈਂ ਉਸੇ ਗਲਤੀ ਆ ਰਿਹਾ ਸੀ ਕਿ ਮੁਹਾਲੀ ਦੇ ਵਿੱਚ ਵੀ ਕਾਨੂੰਨ ਉਹੀ ਨੇ ਹਾਂ ਪਰ ਇੱਥੇ ਥੋੜਾ ਜਿਹਾ ਬੰਦਾ ਬਚ ਕੇ ਨਿਕਲ ਜਾਂਦਾ ਜਿੰਨੀ ਅਵੇਅਰਨੈਸ ਪੁਲਿਸ ਦੀ ਉੱਥੇ ਹੈ ਮੁਹਾਲੀ 'ਚ ਨਹੀਂ ਹੈ ਕਿਉਂਕਿ ਤੁਸੀਂ ਕਿਵੇਂ ਨਿਕਲ ਜੂ ਜੇ ਪੁਲਿਸ ਤੇ ਅਲਰਟ ਹੀ ਹੋਣੀ ਚਾਹ ਪੁਲਿਸ ਦਾ ਮਤਲਬ ਇਹੀ ਹੈ ਵੀ ਅਵੇਅਰ ਹੋਵੇ ਅਲਰਟ ਹੋਵੇ ਹਾਂਜੀ ਹਾਂਜੀ ਪੁਲਿਸ ਦੀ ਤੇ ਕਾਂ ਅੱਖ ਹੁੰਦੀ ਹੈ ਹਾਂਜੀ ਹਾਂਜੀ ਵੀ ਕੌਣ ਲਿਗਾ ਰਿਹਾ ਕਿਵੇਂ ਰੋਕਣਾ ਇਹ ਚੰਡੀਗੜ੍ਹ ਦੇ ਕੰਪੈਰੀਟਿਵ ਮਹਾਲੀ ਸ਼ਹਿਰ ਦਾ ਫਰਕਤ ਹੈ ਜੀ ਫਰਕਤ ਹੈ ਫਰਕ ਚਲੋ ਟ੍ਰੈਫਿਕ ਦਾ ਲਾ ਲਓ ਤੁਸੀਂ ਪਾਰਕਿੰਗ ਦਾ ਲਾ ਲਓ ਮੈਂ ਪਾਰਕਿੰਗ ਦੀ ਗੱਲ ਕਰਨ ਚਾਹ ਹਾਂ ਹੂੰ ਹੂੰ ਪਾਰਕਿੰਗ ਦਾ ਇਸ਼ੂ ਜਿਹੜਾ ਚਲੋ ਆਬਾਦੀ ਵੱਧ ਰਹੀ ਹੈ ਗੱਡੀਆਂ ਵੱਧ ਰਹੀਆਂ ਨੇ ਰੈਜ਼ਿਡੈਂਸ ਦੇ ਵਿੱਚ ਵੀ ਪ੍ਰੋਬਲਮ ਹੈ ਸੜਕ ਤੇ ਵੀ ਪ੍ਰੋਬਲਮ ਹੈ ਹੂੰ ਇਹ ਰੋਡ ਜਿਹੜੀ ਹੈ ਸਟੇਡੀਅਮ ਵਾਲੀ 9 ਫੇਸ 10 ਫੇਸ 7 ਫੇਸ ਇਧਰੋਂ 11 ਫੇਸ ਟਰਬਿਊਨ ਵਾਲੀ ਚੌਂਕ ਦੇ ਉੱਤੇ ਨਿਕਲਦੀ ਹੈ ਠੀਕ ਹੈ ਜੀ ਇਹਨੂੰ ਡਬਲ ਕਰਨ ਲੱਗੇ ਆ ਡਬਲ ਕਰਨ ਲੱਗੇ ਆ ਡਬਲ ਕਰਕੇ ਜਿਹੜੇ ਸ਼ੋਰੂਮ ਹੈ ਉਹਨਾਂ ਦੀ ਜਿਹੜੀ ਥੋੜੀ ਬੜੀ ਪਾਰਕਿੰਗ ਸੀ ਉਹ ਖਤਮ ਹੋ ਗਈ ਖਤਮ ਹੋ ਗਈ ਲੋਕ ਕਿੱਥੇ ਗੱਡੀਆਂ ਲਾਉਣਗੇ ਰੋਡ ਤੇ ਲਾਉਣਗੇ ਫੇਰ ਉਹੀ ਸਮੱਸਿਆ ਆ ਗਈ ਐਕਚੁਅਲ ਬੇਸਿਕਲੀ ਕਿ ਪ੍ਰੋਬਲਮ ਹੈ ਕਿ ਪਤਾ ਨਹੀਂ ਡਿਜ਼ਾਈਨਿੰਗ ਤੇ ਚੰਡੀਗੜ੍ਹ ਦੇ ਤਰਸਤੇ ਹੋਈ ਸੀ ਪਰ ਕਿੱਥੇ ਗਲਤੀਆਂ ਰਹਿ ਗਈਆਂ ਨੇ ਕਿ ਬਿਲਕੁਲ ਹੋਈ ਟ੍ਰੈਫਿਕ ਦੀ ਪ੍ਰੋਬਲਮ ਪਾਰਕਿੰਗ ਦੀ ਪ੍ਰੋਬਲਮ ਤੇ ਚੰਡੀਗੜ੍ਹ ਵੀ ਬਹੁਤ ਭਿਆਨਕ ਪ੍ਰੋਬਲਮ ਹੈ ਸੈਣੀ ਜ ਹੋਰ ਕਿਹੜਾ ਮੁੱਦਾ ਜਿਹੜਾ ਤੁਸੀਂ ਪਿਛਲੇ ਸਮੇਂ ਚ ਮਿਲੇ ਜੇ ਕਿਹੜਾ ਦੇ ਵਿੱਚ ਦੇਖੋ ਜੀ ਐਜੂਕੇਸ਼ਨ ਦਾ ਵੀ ਮੁੱਦਾ ਬਹੁਤ ਵੱਡਾ ਓਕੇ ਚੰਡੀਗੜ੍ਹ ਜੀ ਜੇ ਤੁਸੀਂ ਦੇਖੋ ਤੇ ਹਰ ਦੋ ਸੈਕਟਰਾਂ ਦੇ ਵਿੱਚ ਸਰਕਾਰੀ ਸਕੂਲ ਜੀ ਸਾਡੇ ਮੋਹਾਲੀ ਦੇ ਵਿੱਚ ਇੱਕ ਤਕਰੀਬਨ 6 ਜਾਂ 7 ਸਰਕਾਰੀ ਸਕੂਲ ਹੈ ਹਮਮ ਇਸ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਸੈਕਟਰ ਬਹੁਤ ਡਿਵੈਲਪ ਹੋ ਗਏ ਬਹੁਤ ਮੁਹਾਲੀ ਸ਼ਹਿਰ ਜਿਹੜਾ ਫੈਲ ਗਿਆ ਇਹਨਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਇੱਥੇ ਆਮ ਬੱਚਿਆਂ ਦੇ ਖੇਡਣ ਦੀ ਖੇਡ ਮੈਦਾਨ ਵੀ ਨਹੀਂ ਨਹੀਂ ਦੋ ਸਪੋਰਟਸ ਬਣਾਏ ਨਾ ਨੇ ਨਹੀਂ ਨਹੀਂ ਉਹ ਤਾਂ ਹੋ ਗਏ ਤੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਣਾ ਹਾਂ ਹਾਂ ਸੈਕਟਰਾਂ ਦੇ ਜਿਹੜਾ ਪੁਆਇੰਟ ਆ ਮੈਂ ਨਹੀਂ ਸਰ ਇੱਕ ਮਿੰਟ ਸੈਕਟਰਾਂ ਦੇ ਵਿੱਚ ਅਸੀਂ ਇਹ ਪ੍ਰਪੋਜ਼ਲ ਦਿੱਤੀ ਹੈ ਕਾਰਪੋਰੇਸ਼ਨ ਨੂੰ ਕਿ ਤੁਸੀਂ ਦੋ ਤਿੰਨ ਫੇਸ ਕਲੱਬ ਕਰਕੇ ਇੱਕ ਪਾਰਕ ਨੂੰ ਡਿਕਲੇਅਰ ਕਰ ਦੋ ਕਿ ਇਹ ਖੇਡ ਦਾ ਮੈਦਾਨ ਨੇ ਬੱਚਿਆਂ ਦਾ ਔਰ ਕਮਿਸ਼ਨਰ ਸਾਹਿਬ ਨੇ ਐਗਰੀ ਕੀਤਾ ਕਿ ਤੁਹਾਡੀ ਪ੍ਰਪੋਜ਼ਲ ਬਹੁਤ ਵਧੀਆ ਅਸੀਂ ਕਿਹਾ ਵੀ ਚਲੋ ਇਨ ਕੇਸ ਤੁਸੀਂ ਅਗਰ ਐਟ ਪ੍ਰੈਸੈਂਟ ਨਹੀਂ ਵੀ ਕਰ ਸਕਦੇ ਚੰਡੀਗੜ੍ਹ ਦੇ ਪੱਟ ਨੇ ਜਿੰਨੇ ਵੀ ਸਰਕਾਰੀ ਸਕੂਲ ਹੈ ਉਹ ਜਿਹੜੇ ਮੈਦਾਨ ਹੈ ਉਹ ਸ਼ਾਮ ਨੂੰ ਅਲਾਉ ਕਰ ਦਿਓ ਛੁੱਟੀ ਤੋਂ ਬਾਅਦ ਤੇ ਸਾਡੇ ਬੱਚੇ ਖੇਡ ਸਕਣਗੇ ਜੀ ਸਰ ਦੇਖੋ ਅਗਰ ਨੌਜਵਾਨ youth ਨੂੰ ਆਪਾਂ ਵਿਜੀ ਕਰਦੇ ਆਂਗੇ ਤੇ ਸਾਰੇ ਨਸ਼ਿਆਂ ਵੱਲ ਵੀ ਨਹੀਂ ਜਾਣਗੇ ਬਿਲਕੁਲ ਸ਼ਾਮ ਨੂੰ ਅਗਰ ਕਲੱਬ ਬਣ ਜਾਣ ਖੇਡਣ ਸਕੂਲਾਂ ਦੇ ਵਿੱਚ ਪਾਰਕਾਂ ਦੇ ਵਿੱਚ ਜਦੋਂ ਸਾਹਮਣੇ ਖੇਡ ਗਰਾਊਂਡ ਮਿਲੂਗੇ ਤੇ ਬੱਚੇ ਆਪਣੇ ਆਪ ਹੀ ਜਾਣਗੇ ਤੁਸੀਂ ਕਹਿਣ ਲੱਗੇ ਕੋਈ ਮੈਂ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਸੈਕਟਰ 70 ਦੀ ਬੰਦਤਰ ਦੱਸਦਾ ਜਦੋਂ ਸੈਕਟਰ 70 ਦਾ ਜਿਹੜਾ ਤੁਹਾਡਾ ਵਾਰਡ ਹੈ ਹਾਂ ਨਹੀਂ ਮੈਂ ਪੂਰੇ ਸੈਕਟਰ 70 ਦੀ ਗੱਲ ਕਰੂੰਗਾ ਜੀ ਜ਼ੋਨਿੰਗ ਪਲਾਨ ਜਦੋਂ ਬਣਦਾ ਡਿਪਾਰਟਮੈਂਟ ਨੇ ਉਹਨੂੰ ਡਿਜ਼ਾਈਨ ਕੀਤਾ ਇੱਕ ਸੈਕਟਰ ਨੂੰ ਜਦੋਂ ਇੱਕ ਸੈਕਟਰ ਨੂੰ ਡਿਜ਼ਾਈਨ ਕਰਤਾ ਉਹਦੇ ਚ ਆ ਸਕੂਲ ਸਾਈਟ ਆ ਕੁਝ ਉਹਦੇ ਚ ਰਿਜ਼ਰਵ ਰੱਖ ਲਈਆਂ ਜਾਂਦੀਆਂ ਔਰ ਜਿਹੜੀਆਂ ਰਿਜ਼ਰਵ ਪਲੇਸਿਸ ਹੁੰਦੀਆਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਾਰੇ ਹੀ ਪ੍ਰਾਈਵੇਟ ਹਸਪੀਟਲ ਸਾਰੇ ਅੱਜ ਸੈਕਟਰ 70 ਦੇ ਵਿੱਚ ਕੋਈ ਵੀ ਖਾਲੀ ਜਗ੍ਹਾ ਹੈ ਨਹੀਂ ਕੋਈ ਵੀ ਅੱਜ ਖਾਲੀ ਜਗ੍ਹਾ ਨਹੀਂ ਜਿੱਥੇ ਕੋਈ ਵੀ ਅਸੀਂ ਕਹਿ ਸਕੀ ਵੀ ਪਲੇਗ੍ਰਾਉਂਡ ਬਣਾ ਲਈਏ ਬੱਚਿਆਂ ਦਾ ਪਰ ਪਾਰਕ ਤੇ ਹੈਗੇ ਪਾਰਕ ਹੈਗੇ ਪਲੇ ਉਹ ਪਾਰਕ ਅਲੱਗ ਚੀਜ਼ ਆ ਸੈਰ ਕਰਨ ਲਈ ਉੱਥੇ ਅਸੀਂ ਖੇਡ ਨਹੀਂ ਸਕਦੇ ਨਹੀਂ ਨਹੀਂ ਜਿਵੇਂ ਸੈਣੀ ਸਾਹਿਬ ਨੇ ਕਿਹਾ ਵੀ ਚਾਰ ਪੰਜ ਪਾਰਕਾਂ ਪਿੱਛੇ ਇੱਕ ਨੂੰ ਖੇਡ ਮੈਦਾਨ ਬਣਾਤਾ ਜਾਵੇ ਕਿੰਨਾ ਕੁ ਫਰਕ ਪੈ ਜੂ ਉਹਦੇ ਨੇ ਮੈਂ ਸਹਿਮਤ ਹਾਂ ਤੁਹਾਡੇ ਨਾਲ ਵੀ ਜਿਵੇਂ ਅਸੀਂ ਜਿਹੜੇ ਪਾਰਕ ਸਾਰੀਆਂ ਜਿਹੜੇ ਇੰਟਰਨਲ ਪਾਰਕ ਆ ਘਰਾਂ ਦੇ ਵਿੱਚ ਉਹ ਤਾਂ ਅਸੀਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਮੇਨਟੇਨ ਨਹੀਂ ਦਿੱਤੇ ਆ ਮੰਥਲੀ ਉਹਨਾਂ ਨੂੰ 4 ਰੁਪਏ ਮੈਂ ਕਿਹਾ ਸਕੁਅਰ ਯਾਰਡ ਆਪਾਂ ਸੈਣੀ ਸਾਹਿਬ ਦਿੰਨੇ ਆ 4 ਰੁਪਏ 23 ਪੈਸੇ ਤਾਂ 4 ਰੁਪਏ 23 ਪੈਸੇ ਅਸੀਂ ਉਹਨਾਂ ਨੂੰ ਪਰ ਮੰਥ ਅਸੀਂ ਉਹਦੀ ਮੇਨਟੇਨੈਂਸ ਚਾਰਜੇਸ ਦਿੰਨੇ ਆ ਉਹ ਉਹ ਬਹੁਤ ਵਧੀਆ ਐਸੋਸੀਏਸ਼ਨ ਆ ਵਧੀਆ ਮੇਨਟੇਨ ਕਰ ਰਹੀਆਂ ਤੇ ਜਿਹੜੇ ਮੇਨ ਸਪੈਸ਼ਲ ਪਾਰਕ ਹੈਗੇ ਵੱਡੇ ਪਾਰਕ ਜਿਨ੍ਹਾਂ 'ਚ ਲੋਕ ਆਮ ਸਾਂਝਾ ਸੈਰ ਕਰਦੇ ਆ ਉਹ ਕਾਰਪੋਰੇਸ਼ਨ ਆਪ ਇਹ ਠੇਕੇ ਤੇ ਉਹ ਠੇਕੇ ਤੇ ਅਸੀਂ ਨਾ ਸਾਰੇ ਜਿਹੜੇ ਉਹਦੀ ਮੇਨਟੇਨੈਂਸ ਸਾਰੇ ਅਸੀਂ ਦਿੰਨੇ ਆ ਉਹਦੇ ਵਿੱਚ ਜਿਮ ਲਗਾਓ ਬੱਚਿਆਂ ਦੇ ਝੂਲੇ ਉਹ ਸਾਰਾ ਉਹ ਕੰਪਨੀ ਮੇਨਟੇਨ ਕਰਦੀ ਉਹਨੂੰ ਉਹਦੇ ਚ ਜਿਹੜੇ ਖੇਡ ਮੈਦਾਨ ਤਾਂ ਜਿਹੜੇ ਬਣੇ ਉਹ ਹੀ ਆ ਖੇਡ ਮੈਦਾਨ ਤਾਂ ਇਹ ਠੀਕ ਆ ਸੈਣੀ ਸਾਹਿਬ ਕਹ ਰਹੇ ਵੀ ਕੋਈ ਪਾਰਕ ਇੱਕ ਵਿੱਚੋਂ ਖੇਡ ਮੈਦਾਨ ਕਰ ਲਓ ਪਰ ਉਹ ਇਸ ਤਰ੍ਹਾਂ ਹੁੰਦਾ ਏਰੀਆ ਵਾਈਜ਼ ਬੱਚਿਆਂ ਨੂੰ ਨਹੀਂ ਮਿਲਦਾ ਹਰ ਹਰ ਬੱਚੇ ਨੂੰ ਏਰੀਆ ਨਹੀਂ ਮਿਲਦਾ ਅਸੀਂ ਹੁਣ ਗਮਾਡਾ ਦੀ ਜਗ੍ਹਾ ਤੇ ਮੈਂ ਉੱਥੇ ਬਾਲੀਬਾਲ ਗਰਾਊਂਡ ਬਣਾਈ ਆ ਦੂਜੀਆਂ ਸ਼ੂਟਿੰਗ ਗਰਾਊਂਡਾਂ ਬਣਾਈਆਂ ਉਹ ਸਿਰਫ ਗਮਾਡਾ ਦੇ ਸ਼ੋਅਰੂਮ ਦੀ ਟੈਂਪਰੇਰੀ ਸਿਸਟਮ ਆ ਸਾਡੇ ਕੋਲ ਕਿਉਂਕਿ ਹੈ ਜਗ੍ਹਾ ਲੈਂਡ ਤਾਂ ਗਮਾਡਾ ਨਹੀਂ ਕਰਨੀ ਨਾ ਸਾਰੀ ਜਿਹੜੀ ਮੈਂ ਮੈਂ ਇਹਦੇ ਬਾਰੇ ਥੋੜਾ ਜਿਆਦਾ ਕਹਿਣਾ ਚਾਹੁੰਦਾ ਕਿ ਦੇਖੋ ਜਦੋਂ ਅਸੀਂ ਪਾਰਕ ਵਿੱਚ ਜਾਂਦੇ ਆ ਨਾ ਬੱਚੇ ਖੇਡਦੇ ਨੇ ਬੱਚੇ ਖੇਡਦੇ ਆ ਤੇ ਅਸੀਂ ਉਹਨੂੰ ਜੋ ਡਵੈਲਪ ਕਰਦੇ ਆ ਨਾ ਬੱਚੇ ਬੂਟਿਆਂ ਦਾ ਨੁਕਸਾਨ ਦਾ ਦੂਜਾ ਤਜਾ ਮਨਾ ਕਰਦੇ ਆ ਅਕੋਰਡਿੰਗ ਟੂ ਰੂਲ ਬੱਚਿਆਂ ਨੂੰ ਅਲਾਉ ਨਹੀਂ ਆ ਪਾਰਕ ਦੇ ਵਿੱਚ ਖੇਡਣਾ ਹੂੰ ਹੂੰ ਪ੍ਰੋਬਲਮ ਇਹ ਆਉਂਦੀ ਆ ਕਿ ਬੱਚੇ ਇਹ ਗੱਲ ਸਵਾਲ ਕਰਦੇ ਆ ਕਿ ਅੰਕਲ ਅਸੀਂ ਦੱਸੋ ਕਿੱਥੇ ਖੇਢੀਏ ਉਹ ਵੀ ਸੱਚੇ ਨੇ ਸਵਾਲ ਬੜਾ ਉਹਨਾਂ ਦਾ ਜੈਨੂਅਲ ਦਿਲ ਨੂੰ ਚੁਬਦਾ ਵੀ ਯਾਰ ਬੱਚੇ ਠੀਕ ਕਹਿ ਰਹੇ ਨੇ ਹੂੰ ਹੂੰ ਜਿਵੇਂ ਹੁਣ ਸੈਣੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਆਪਾਂ ਵਿੱਚੋਂ ਪਾਰਕਾਂ ਦੇ ਵਿੱਚੋਂ ਨਾ ਕੁਝ ਪਾਰਕ ਜਿਹੜਾ ਇੱਕ ਅੱਦਾ ਪਲੇਗ੍ਰਾਉਂਡ ਵਿੱਚ ਛੱਡਦੀ ਹੈ ਉਹ ਬੜਾ ਇੰਪੋਸੀਬਲ ਹੈ ਉਹਦਾ ਕਾਰਨ ਮੈਂ ਦੱਸਦਾ ਤੁਹਾਨੂੰ ਕਿ ਜਦੋਂ ਕਿਤੇ ਪਲੈਨਿੰਗ ਬਣਾਈ ਗਈ ਹੈ ਉਦੋਂ ਸਿਰਫ ਪਾਰਕਾਂ ਦੀ ਪ੍ਰੋਬਲਮ ਬਣਾਈ ਗਈ ਹੈ ਕਿ ਇਹ ਸਰਕਾਰਨ ਵਾਸਤੇ ਪਾਰਕ ਹੈ ਇਹ ਦੂਜਾ ਤੇ ਜਾਏ ਸਾਰੇ ਪਾਰਕ ਨੇ ਉਹ ਡਵੈਲਪ ਵੀ ਹੋ ਰਹੇ ਨੇ ਸਭ ਕੁਝ ਹੋ ਰਿਹਾ ਪਰ ਖੇਡ ਵਾਸਤੇ ਕਿਤੇ ਵੀ ਸ਼ਹਿਰ ਦੇ ਵਿੱਚ ਇਦਾਂ ਦਾ ਨਹੀਂ ਕਿਹਾ ਕਿ ਇਸ ਪਾਰਕ ਦੇ ਵਿੱਚ ਬੱਚੇ ਖੇਡਣਗੇ ਤਾਂ ਹੀ ਤਾਂ ਸੈਣੀ ਸਾਹਿਬ ਕਹਿੰਦੇ ਵੀ ਇੱਕ ਤਾਂ ਜਿਹੜੇ ਨੇ ਉਹਨਾਂ ਚਾਰ ਪੰਜ ਦੇ ਪਿੱਛੇ ਇੱਕ ਜਿਹੜਾ ਉਹ ਮਾਰਕਰ ਨਹੀਂ ਮੈਂ ਤੁਹਾਨੂੰ ਇਸ ਚੀਜ਼ ਦਾ ਦੱਸਦਾ ਜਿਵੇਂ ਤੁਸੀਂ ਸਾਡੀ ਵਾਰਡ ਦੇ ਵਿੱਚ ਲਾ ਲਓ ਸਾਡੀ ਵਾਰਡ ਦੇ ਵਿੱਚ ਇੱਕ ਕੋਠੀਆਂ ਦੇ ਵਿੱਚ ਵੱਡਾ ਪਾਰਕ ਹੈ ਠੀਕ ਹੈ ਜੀ ਇੱਕ ਪਾਰਕ ਹੈਗਾ ਫਲੈਟਾਂ ਦੇ ਵਿੱਚ ਐਚ ਆਈ ਜੀ ਦੇ ਵਿੱਚ ਇੱਕ ਹੈਗਾ ਜੀ ਐਮ ਆਈ ਜੀ ਦੇ ਵਿੱਚ ਠੀਕ ਹੈ ਜੀ ਅਗਰ ਅਸੀਂ 1 ਨੂੰ ਖੇਡਣ ਵਾਸਤੇ ਦੇ ਦਿੰਦੇ ਆ ਤੇ ਪੋਸੀਬਲ ਨਹੀਂ ਹੈ ਲੋਕ ਕਹਿੰਦੇ ਕਿ ਰਾਤ ਨੂੰ ਅਸੀਂ ਟੱਲਣਾ ਹੁੰਦਾ ਜਾਂ ਦੂਰ ਅਸੀਂ ਮੇਚ ਨਹੀਂ ਜਾ ਸਕਦੇ ਇੱਕ ਇੱਕ ਹੋ ਗਿਆ ਇੱਕ ਇੱਕ ਹੀ ਦਿੱਤਾ ਹੈ ਜਿਆਦਾ ਨਹੀਂ ਹੈ ਉਹ ਇਸ ਦਾ ਸੈਣੀ ਸਾਹਿਬ ਕੀ ਹੱਲ ਹੈ ਇਹਦਾ ਕੱਲ ਸਰ ਹੈ ਇਹਦੇ ਦੋ ਤਰੀਕੇ ਸਰ ਜੀ ਇੱਕ ਦੇ ਸਰਕਾਰ ਵਾਸਤੇ ਕੋਈ ਹੱਲ ਕੱਢਣਾ ਹੋਵੇ ਔਖਾ ਕੰਮ ਨਹੀਂ ਹੈ ਬਿਲ ਪਾਵਰ ਚਾਹੀਦੀ ਸਰ ਹਮ ਮੈਂ ਉਦਾਹਰਨ ਦੇ ਦਿੰਦਾ ਸਰ ਚੰਡੀਗੜ੍ਹ ਦੇ ਵਿੱਚ ਹਮ ਜਿੰਨੇ ਵੀ ਸਰਕਾਰੀ ਸਕੂਲ ਹੈ ਉਹ ਤੇ ਹੋ ਗਏ ਉਹਨਾਂ ਦੇ ਗਰਾਊਂਡ ਦੇਤੇ ਦੂਸਰਾ ਉਥੇ ਸਪੋਰਟਸ ਕੰਪਲੈਕਸ ਜਿਆਦਾ ਬਨੇ ਆ ਅਗਰ ਅਸੀਂ ਸਪੋਰਟਸ ਕੰਪਲੈਕਸ ਫੈਲਾ ਨਹੀਂ ਬਣਾ ਸਕਦੇ ਤਾਂ ਸਰ ਜਿਹੜੀ ਅਸੀਂ ਪ੍ਰਪੋਜ਼ਲ ਦਿੱਤੀ ਹੈ ਬਹੁਤ ਵਧੀਆ ਇੱਕ ਪਾਰਕ ਜਿਹੜੀ ਠੇਕੇਦਾਰ ਵੱਲੋਂ ਮੇਨਟੇਨ ਹੋ ਰਹੀ ਹੈ ਠੀਕ ਹੈ ਰੈ residense ਦੇ ਵਿੱਚ ਛੋਟੀ ਪਾਰਕ ਉਹਨੂੰ ਵੱਡੀ ਪਾਰਕ ਨੂੰ ਤੁਸੀਂ ਡਿਕਲੇਅਰ ਕਰੋ ਸਰ ਉਥੇ ਜਾਲੀਆਂ ਲਗਾਓ ਠੀਕ ਹੈ ਤੁਸੀਂ ਪੰਜ ਫੇਜ ਦੇ ਮੈਂ ਤੁਹਾਨੂੰ ਮਿਲੀਨੀਅਮ ਸਕੂਲ 'ਚ ਦੱਸਦਾ ਬਹੁਤ ਸਾਰੇ ਬੱਚੇ ਪੈਸੇ ਦੇ ਕੇ ਉਥੇ ਜਾ ਕੇ ਖੇਡਦੇ ਸਰ ਜੇ ਸਕੂਲ ਦੀ ਪਾਰਕ ਦੇ ਵਿੱਚ ਸਾਡੇ ਬੱਚੇ ਪੈਸੇ ਦੇ ਕੇ ਖੇਲ ਸਕ ਰਿਹਾ ਸਾਡੇ ਬੱਚੇ ਸਰਕਾਰੀ ਸਕੂਲ ਬਗੈਰ ਪੈਸੇ ਦੇ ਤਾਂ ਕਿਉਂ ਨਹੀਂ ਬੱਚਾ ਖੇਲ ਸਕਦਾ ਓਕੇ ਇਹ ਤਾਂ ਸਾਰੇ ਆਪਣੀ ਬਿੱਲ ਪਾਵਰ ਬਣਾਉਣ ਦੀ ਗੱਲ ਹੈ ਨਾ ਕੋਈ ਵੀ ਕੰਮ ਹੈ ਆਪਾਂ ਜੇ ਚੰਡੀਗੜ੍ਹ ਨੂੰ ਆਪਾਂ ਹਰ ਚੰਡੀਗੜ੍ਹ ਉਹ ਅੱਛਾ ਹੋ ਰਿਹਾ ਹੈ ਫਿਰ ਅਸੀਂ ਕਿਉਂ ਨਹੀਂ ਉਹ ਕੰਮ ਵਧੀਆ ਕਰ ਸਕਦੇ ਅਸੀਂ ਇਸੇ ਕਰਕੇ ਪ੍ਰਪੋਜ਼ਲ ਦਿੱਤੀ ਹੈ ਔਰ ਕਮਿਸ਼ਨ ਸਾਹਿਬ ਐਗਰੀ ਵੀ ਕਰ ਗਏ ਫਿਰ ਜਾਂਦੇ ਸਕੂਲ ਅਲਾਉਟ ਕਰਾਓ ਜਾਂ ਤੁਸੀਂ ਪਾਰਕ ਅਟ ਡਿਪਲੇਅਰ ਕੋਈ ਅਲਾਉ ਕਰਨ ਤੇ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੈ ਸਰ ਉਹ ਤੇ ਬਾਹਰ ਜਿਹੜੀ ਗਰਾਊਂਡ ਹੈ ਚਾਰ ਦੀਵਾਰੀ ਦੇ ਅੰਦਰ ਸਕੂਲ ਦੇ ਉੱਥੇ ਖੇਡਣਾ ਬੱਚੇ ਜਾਣਗੇ ਕਿੱਥੇ ਸਾਡੇ ਹਾਂ ਹਾਂ ਪਾਰਕਾਂ ਵਾਲੇ ਜਿਹੜੇ ਆ ਉਹ ਖੇਡਣ ਨਹੀਂ ਦਿੰਦੇ ਝਗੜੇ ਹੁੰਦੇ ਆ ਵੀ ਇਹਨਾਂ ਨੂੰ ਖਤਮ ਕਰਨ ਵਾਸਤੇ ਆਪਣੇ ਬੱਚਿਆਂ ਨੂੰ ਜਗ੍ਹਾ ਵੀ ਤਾਂ ਦੇਣੀ ਅਸੀਂ ਯੂਥ ਨੂੰ ਸਾਂਭਣਾ ਪਏਗਾ ਸਰ ਸਾਡੇ ਇੱਕ ਦੱਸੋ ਤੁਸੀਂ ਟੋਟਲ ਕਿੰਨੀ ਕਵਰਦੀ ਭਲਾ ਮੁਹਾਲੀ ਦੀ ਸ਼ਹਿਰ ਦੀ ਢਲਾਈ ਇਹ ਤੇ ਕੋਈ ਅੰਦਾਜ਼ਨ ਕੋਈ 4 ਲੱਖ ਦੀ ਕਿੰਨੇ 4 ਲੱਖ ਨਹੀਂ 4 ਲੱਖ ਆ ਸ਼ਹਿਰ ਦੀ ਦੇਖੋ ਜਿਹੜੀ ਜਨਗਣਨਾ ਆ ਉਦੇ ਮੁਤਾਬਕ ਤੇ ਇਹਨਾਂ ਦੇ ਅੰਕੜੇ ਸਹੀ ਹੋ ਸਕਦੇ ਆ ਲੇਕਿਨ ਪਾਪੂਲੇਸ਼ਨ ਤੇ ਬਹੁਤ ਜ਼ਿਆਦਾ ਜਨਗਣਨਾ ਹੋਈ ਨਹੀਂ ਸ਼ਹਿਰ ਦੇ ਵਿੱਚ ਜਿਹੜੇ ਹੈ ਬਹੁਤ ਪਾਪੂਲੇਸ਼ਨ ਕਾਉਂਸਲਰ ਕਿੰਨੇ ਨੇ 50 ਤੇ ਇਹ ਫੇਜ਼ ਵਾਈ ਸੈਕਟਰ ਵਾਈ ਕੀ ਇਹਦਾ ਇਹ ਤਾਂ ਨਹੀਂ ਇੱਕ ਸੈਕਟਰ 'ਚ ਵੀ ਹੋ ਸਕਦੇ ਉਹ ਤਾਂ ਇੱਕ ਸੈਕਟਰ 'ਚ ਤਿੰਨ ਵੀ ਹੋ ਸਕਦੇ ਉੱਠੀ ਸੁਧੀ ਡਿਪੈਂਡ ਕਰਦਾ ਕੋਈ ਸਿੱਧਾ ਸਿਸਟਮ ਨਹੀਂਗਾ ਮੈਂ ਤੁਹਾਨੂੰ ਸਾਡੇ ਜਿੱਦਾਂ ਤਿੰਨ ਸੈਕਟਰ 70 ਦੇ ਦੋ ਦੋ ਮਟੋਰਪਿੰਡ ਦੇ ਟੋਟਲ 5 ਹੋ ਜਾਂਦੇ ਹਾਂ ਜੀ ਅੱਜ ਕਹਿ ਮਟਰ ਦੇ ਵਿੱਚ ਜਨ ਸਕਿਆ ਤੁਸੀਂ ਲਾ ਲੋ ਉੱਥੇ 2-3 ਲੱਖ ਹੋਏਗੀ ਐਨਾ ਮਟਰ ਡਵੈਲਪ ਹੋ ਗਿਆ ਸਰ ਇਹ ਵੀ ਸੁਣਨ ਚ ਆ ਰਿਹਾ ਵੀ ਕਰੋਨਾ ਕਾਲ ਤੋਂ ਬਾਅਦ ਜੋ ਹਾਲਾਤ ਬਣੇ ਸੀ ਖਾਸ ਕਰਕੇ ਦਿੱਲੀ ਤੋਂ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਖਾਸ ਕਰਕੇ ਆ ਜਿਹੜਾ 에ਰਪੋਰਟ ਰੋਡ ਤੇ ਫਲੈਟ ਨੇ ਇੱਥੇ ਕਾਫੀ ਆਏ ਨੇ ਵਿੱਚ ਹਰ ਚੌਥਾ ਘਰ ਦਿੱਲੀ ਦਾ ਜੀ 에ਰਪੋਰਟ 에ਰੋ ਸਿਟੀ ਚ अच्छा हां उथे कोरोना ਤੋਂ ਬਾਅਦ ਆਏ ਸਾਰੇ করোনা ਪੀਰੀਅਡ ਤੋਂ ਉਸ ਤੋਂ ਪਹਿਲਾਂ ਵੀ ਆਏ ਆ ਮਤਲਬ ਕਹਿਣ ਤੋਂ ਪਾਉ ਉਹਨਾਂ ਨੂੰ ਖੁੱਲਾ ਏਰੀਆ ਮਿਲ ਰਿਹਾ ਉਹ ਉਸ ਜਗ੍ਹਾ ਤੇ ਉਹ ਆਪਣਾ ਉਥੇ ਪ੍ਰਾਪਰਟੀ ਵੇਚ ਕੇ ਇੱਥੇ ਆਣ ਕੇ ਲੈ ਰਹੇ ਆ ਮਹੌਲੀ ਸਰ ਇੱਥੇ ਕਿਵੇਂ ਆ ਸਕਦੇ ਉਥੇ ਕਾਰੋਬਾਰ ਉਥੇ ਨੌਕਰੀਆਂ ਕਿਹਾ ਕੁਛ ਦਾ ਕਾਰੋਬਾਰ ਚੇਂਜ ਵੀ ਹੁੰਦਾ ਸ਼ਿਫਟ ਵੀ ਹੁੰਦਾ ਅਗਲਾਂ ਦਾ ਉਹ ਇੱਥੇ ਵੀ ਸ਼ਿਫਟ ਕਰ ਲੈਂਦੇ ਪ੍ਰੇਫਰ ਕਰ ਰਹੇ ਦਿੱਲੀ ਵਾਲੇ ਨੂੰ ਪ੍ਰੇਫਰ ਕਰ ਹਾਲੀ ਨੂੰ ਪ੍ਰੇਫਰ ਕਰ ਰਹੇ ਸਰ ਹਾਲੀ ਨੂੰ ਪ੍ਰੇਫਰ ਕਰਦੇ ਤੇ ਇੱਕ ਬਖਸ਼ੀਸ਼ ਜੀ ਇਹ ਤੇ ਹੈਲਥ ਸਿਸਟਮ ਪ੍ਰਾਈਵੇਟ ਤੇ ਹਸਪੀਟਲ ਬਹੁਤ ਵੱਡੇ ਨੇ ਜਿੱਥੇ ਬਹੁਤ ਮਹਿੰਗੇ ਇਲਾਜ ਹੁੰਦੇ ਆ ਤੇ ਸਰਕਾਰੀ ਸਿਸਟਮ ਕਿੰਨਾ ਕੁ ਬੈਟਰ ਹੈ ਹੈਲਥ ਸਿਸਟਮ ਦੀ ਜਿੰਨਾ ਤੱਕ ਮੈਂ ਤੁਹਾਨੂੰ ਗੱਲ ਦੱਸਾਂ ਕਿ ਸਰਕਾਰੀ ਹੈਲਥ ਸਿਸਟਮ ਬਹੁਤ ਮਾੜਾ ਹੈ ਨਾਲ ਦੇ ਬਰਾਬਰ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕੋਈ ਹੂੰ ਸਾਡੇ 11 ਫੇਸ ਦੇ ਵਿੱਚ ਕੋਈ ਅੰਕੜੇ ਹੈਗੇ ਪਰ ਉਹ ਜਿੱ ਕਿੰਨੀਆਂ ਕਿ ਡਿਸਪੈਂਸਰੀ ਇਥੇ ਇਹ ਡਿਸਪੈਂਸਰੀ ਫੇਸ ਵਾਈਜ਼ ਸਰ ਇਹਦੇ ਅੰਕੜੇ ਬਾਰੇ ਤੇ ਨਹੀਂ ਮੈਂ ਦੱਸ ਸਕਦਾ ਲੇਕਿਨ ਗੱਲ ਜਿਹੜੀ ਤੁਸੀਂ ਪੁੱਛੀ ਹੈ ਹਮ ਹਮ ਹੈਲਥ এডਿਕੇਸ਼ਨ ਇਹ ਬਹੁਤ ਜ਼ਰੂਰੀ ਹੈ ਸਰ ਜੀ ਸਾਡੇ ਇੱਕੋ ਹੀ ਹਸਪੀਟਲ ਆ ਸਰ 6 ਫੇਸ 6 ਫੇਸ ਸਰ ਠੀਕ ਹੈ 6 ਫੇਸ ਪਿਆ ਹੁੰਦਾ ਉੱਥੇ ਐਮਰਜੈਂਸੀ ਤੁਸੀਂ ਚਲੇ ਜਾਓ ਸਰ ਹਮ ਮਾਫ ਕਰਨਾ ਮੈਨੂੰ ਕਹਿਣਾ ਨਹੀਂ ਚਾਹੀਦਾ ਉੱਥੇ ਕਈ ਵਾਰੀ ਆਉਣਾ ਕੋਲ 슈ਗਰ ਟੈਸਟ ਕਰਨ ਵਾਸਤੇ ਵੀ ਪਹਿਲਾਂ ਸੀਗਾ ਨਹੀਂ ਹੁਣ ਥੋੜਾ ਜਿਹਾ ਡਿਵੈਲਪ ਕਰ ਰਿਹਾ ਹੈ ਮੇਰੀ ਤੇ ਮਤਲਬ ਐਮਰਜੈਂਸੀ ਲਿਸਟਰ ਸਿਰਫ ਉਹੀ ਵੱਡਾ ਹਸਪੀਟਲ ਹੈ ਤੁਹਾਡੇ ਥਰੂ ਇਹੋ ਹੀ ਬੇਨਤੀ ਹੈ ਸਰ ਸਰਕਾਰ ਨੂੰ ਵੀ ਕਿ ਤੁਸੀਂ ਇਹਨੂੰ ਮਲਟੀ ਸਪੈਸ਼ਲਿਸਟੀ ਡਿਕਲੇਅਰ ਕਰੋ ਔਰ ਹਰ ਫੇਸ ਜਾਂ ਦੋ ਫੇ ਜੋ ਵੀ ਸਕੀਮ ਹੈ ਉੱਤੇ ਡਿਸਪੈਂਸਰੀਆਂ ਤੇ ਖੋਲੋ ਲੋਕਾਂ ਨੂੰ ਇਲਾਜ ਤੇ ਮਿਲੇ ਸਰ ਮੁਹਾਲੀ ਚੰਡੀਗੜ੍ਹ ਨੂੰ ਸਾਰਾ ਇਸ ਵੇਲੇ ਦੋ ਗੁਣਾ ਜਾਂ ਤਿੰਨ ਗੁਣਾ ਵੱਧ ਗਿਆ ਸਰ ਚੰਡੀਗੜ੍ਹ ਤੇ ਵੱਧ ਨਹੀਂ ਸਕਦਾ ਲੇਕਿਨ ਸਾਡਾ ਮੁਹਾਲੀ ਬਹੁਤ ਵੱਧ ਗਿਆ ਇੱਥੇ ਤੇ ਸਰ ਦੇਖੋ ਦੂਸਰਾ ਜਿਹੜਾ ਇੱਥੇ ਤੇ ਲਾਲ ਡੋਰੇ ਦੀਆਂ ਬੜੀਆਂ ਸਟ੍ਰਕਚਰ ਨੇ ਇੱਥੇ ਦੀ ਜਿੱਥੇ ਮਰਜ਼ੀ ਬਣਾ ਲਓ ਹੁਣ ਇਹਦੇ ਨਾਲ ਰਿਲੇਟਡ ਲੈਟਰ ਜਿਹੜੀ ਹੈ ਜਿਹੜੇ ਅੱਜ ਕੱਲ ਕੁੱਤਿਆਂ ਦੀ ਬੜੀ ਪ੍ਰੋਬਲਮ ਹੈ ਇਹ ਪ੍ਰੋਬਲਮ ਇੱਥੇ ਵੀ ਹੈ ਬਹੁਤ ਪ੍ਰੋਬਲਮ ਹੈ ਸਰ ਚੰਡੀਗੜ੍ਹ ਵੀ ਬਹੁਤ ਪ੍ਰੋਬਲਮ ਉਹ ਥੋੜਾ ਜਿਹਾ ਕਲੀਅਰ ਕਰ ਦਵਾਂ ਤੁਹਾਨੂੰ ਮੈਂ ਜਿਹਦੀ ਗੱਲ ਕਰਨ ਲੱਗਾ ਸੀਗਾ 11 ਫੇਸ ਦੇ ਵਿੱਚ ਪਿਛਲੀ ਸਰਕਾਰ ਦੇ ਟਾਈਮ ਇੱਕ ਬਹੁਤ ਵੱਡੀ ਡਿਸਪੈਂਸਰੀ ਫੇਸ 11 ਦੇ ਵਿੱਚ ਮੇਨ ਰੋਡ ਦੇ ਉੱਤੇ ਬਣਾਈ ਗਈ ਪਰ ਉੱਥੋਂ ਕਈ ਸਾਲ ਹੋ ਗਏ ਨਾ ਕੋਈ ਉੱਥੇ ਡਾਕਟਰ ਹੈ ਨਾ ਕੋਈ ਬੰਦਾ ਨਾ ਕੋਈ ਬਿਲਡਿੰਗ ਬਣੀ ਪਈ ਬਿਲਡਿੰਗ ਦਾ ਵੀ ਬੁਰਾ ਹਾਲ ਹੈ ਅਗਰ ਇਹ ਟੁੱਟੀ ਪਾਣੀ ਦੀ ਕੋਈ ਖੋਲ ਕੇ ਲੈ ਗਿਆ ਤਾਂ ਉੱਥੇ ਪਾਣੀ ਵਗ ਗਈ ਜਾਂਦਾ ਅਸੀਂ ਬੰਦ ਕਰਾਉਣ ਚ ਹੀ ਰਹਿੰਦੇ ਆ ਐਨੀ ਹਾਲਤ ਮਾੜੀ ਹੈ ਬੜੀ ਵਾਰੀ ਡਿਮਾਂਡ ਕੀਤੀ ਸੀ ਅਸੀਂ ਸਿੱਧੂ ਸਾਹਿਬ ਤੋਂ ਵੀ ਕੀਤੀ ਸੀ ਕਿ ਇੱਥੇ ਡਾਕਟਰ ਲਾਓ ਬੇਸਿਕ ਜਿਹੜੀ ਆ ਨਾ ਉਹ ਨੀਡ ਪੂਰੀ ਹੋ ਜਵੇ ਐਮਰਜੈਂਸੀ ਕਲੀਅਰ ਹੋ ਜਵੇ ਪਰ ਸਾਨੂੰ ਕੋਈ ਉੱਥੇ ਡਾਕਟਰ ਨਹੀਂ ਮਿਲਿਆ ਇੱਕ ਬਹੁਤ ਹੀ ਸਮਾਨਤਾ ਹੈ ਮੈਂ ਡਿਸਪੈਂਸਰੀ ਬਲਬੀਰ ਸਿੱਧੂ ਨੇ ਇੱਕ ਇਹਨਾਂ ਨੇ ਬਹੁਤ ਵੱਡਾ ਐਲਾਨ ਕੀਤਾ ਇੱਕ ਹਸਪਤਾਲ ਉੱਥੇ ਲਿਆ ਰਿਹਾ ਤੁਹਾਨੂੰ ਪਹਿਲਾਂ ਤਾਂ ਮੈਂ ਡਿਸਪੈਂਸਰੀਆਂ ਬਾਰੇ ਗੱਲਣਾ ਚਾਹਣਾ ਜੀ ਜੀ ਵੀ ਤਕਰੀਬਨ ਹਰ ਸੈਕਟਰ 'ਚ ਕੁਝ ਸੈਕਟਰ ਰਹਿ ਗਏ ਜਿਨ੍ਹਾਂ 'ਚ ਡਿਸਪੈਂਸਰੀ ਨਹੀਂ ਹੋਏਗੀ ਸਾਰਿਆਂ 'ਚ ਤਕਰੀਬਨ ਡਿਸਪੈਂਸਰੀਆਂ ਹੈਗੀਆਂ ਕਈਆਂ 'ਚ ਨਹੀਂ ਹੈਗੀਆਂ ਉਸ ਤੋਂ ਇਲਾਵਾ 6 ਫੇਜ਼ ਵਾਲਾ ਜਿਹੜਾ ਹਸਪਤਲ ਹੈ ਉਹ ਸੂਰਾ ਪੂਰਾ ਮੈਡੀਕਲ ਕਾਲਜ ਦੇ ਤਬਦੀਲ ਕਰਤਾ ਉੱਥੇ ਮੈਡੀਕਲ ਕਾਲਜ ਤੇ ਡਾਕਟਰਾਂ ਦਾ ਦਾਖਲਾ ਵੀ 100 ਬੱਚਿਆਂ ਦਾ ਹੋ ਗਿਆ ਉਹ ਮੈਡੀਕਲ ਕਾਲਜ ਬਣ ਰਿਹਾ ਉੱਥੇ ਇਸ ਤੋਂ ਇਲਾਵਾ ਜਿਹੜਾ ਛਾੜ ਸੈਕਟਰ ਚ ਸਿਵਲ ਹਸਪੀਟਲ ਸਾਰਾ ਉੱਥੇ ਸ਼ਿਫਟ ਹੋ ਰਿਹਾ ਉੱਥੇ ਮਾਡਰਨ ਜਿਹੜਾ ਉੱਥੇ 350 ਬੈਡ ਦਾ ਉਹ ਸਿਵਲ ਹਸਪੀਟਲ ਬਹੁਤ ਵੱਡਾ ਬਣ ਰਿਹਾ ਸ਼ੁਰੂ ਹੋ ਗਿਆ ਜੀ ਆਖੋ ਜਿਹਾ ਚੱਲ ਰਹੀ ਇਸ ਤਰ੍ਹਾਂ ਦਾ ਕੋਈ ਨਹੀਂ ਕੋਈ ਨੀ ਬੱਤਾ ਰੱਖ ਦਿੱਤੇ ਤੇ ਇਹ ਮੁੜ ਕੇ ਕੰਮ ਨਹੀਂ ਸ਼ੁਰੂ ਹੋਇਆ ਜਾ ਕੇ ਦੇਖੋ ਜਿਹੜੇ ਵੀ ਕੰਮ ਡਿਸਪੈਂਸਰੀ 69 ਦੀ ਜਾ ਕੇ ਦੇਖ ਲਓ 79 ਦੀ ਤੱਕ ਦੇਖ ਲਓ ਬਣ ਗਈ ਹੈ ਬਿਲਡਿੰਗ ਦੇਖੋ ਨਾ ਜਾ ਕੇ ਮੈਂ ਪ੍ਰੈਕਟੀਕਲੀ ਮੈਂ ਇਹ ਨਹੀਂ ਕਰ ਰਿਹਾ ਮੈਂ ਹਵਾਜੇ ਇਹਨਾਂ ਕੋਈ ਗੱਲ ਕਰਦਾ ਪ੍ਰੈਕਟੀਕਲੀ ਜਾ ਕੇ ਦੇਖੋ ਉੱਥੇ ਜਿਹੜੀਆਂ ਚੀਜ਼ਾਂ ਦੇ ਨੀਂਹ ਪੱਥਰ ਰੱਖੇ ਆ ਇਹਨੇ ਵੀ ਖਾਲੀ ਨੀਂਹ ਪੱਥਰ ਹੀ ਰਹਿ ਗਏ ਉੱਥੇ ਉੱਥੇ ਕੰਮ ਚੱਲ ਰਿਹਾ ਐ ਇਸ ਵੇਲੇ ਜਿਹੜਾ ਵੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਜਿਹੜੇ ਵੀ ਕੰਮ ਸ਼ੁਰੂ ਕਰੇ ਆ ਨਾ ਉਹ ਨਾਲ ਦੇ ਨਾਲ ਸ਼ੁਰੂ ਹੋਏ ਆ ਪਰ ਜਿਵੇਂ ਸੈਣੀ ਸਾਹਿਬ ਬਖਸ਼ੀਸ਼ ਨੂੰ ਦੱਸ ਰਹੇ ਜੀ 3B1 ਚ ਦੇਖੋ ਜਾ ਕੇ ਹਸਪੀਟਲ ਐਡਾ ਬਣਿਆ ਚਾਲੂ ਹੋਇਆ ਐ ਇੰਨੀ ਕੋਈ ਗੱਲ ਲੱਗ ਨਹੀਂ ਰਹੀ ਵੀ ਲੋਕਾਂ ਨੂੰ ਆਪੋ ਆਪਣੇ ਫੇਸ ਚ ਆਪੋ ਆਪਣੇ ਸੈਕਟਰ ਦੇ ਕਿਤੇ ਹੈ ਇਹ ਇਹ ਤਾਂ ਅ ਸਿਸਟਮ ਤੇ ਮੇਰਾ ਖਲ ਨਹੀਂ ਹੈ। ਬੇਕ ਨੇ ਸਾਰਿਆਂ ਚ ਨਹੀਂ ਹੁਣ ਮੰਨ ਲਓ ਜੇ ਸਾਡਾ 70 ਸੈਕਟਰ ਦਾ 69 ਜੇ ਨਵੀਂ ਬਣ ਰਹੀ ਡਿਸਪੈਂਸਰੀ ਅਸੀਂ ਉੱਥੇ ਕਰ ਸਕਨੇ ਹਾਂ। ਬਣ ਰਹੀ ਆ ਤੇ ਅਸੀਂ ਜਾਂ ਅਸੀਂ ਜਾਂ ਅਸੀਂ ਜਾਂਦੇ ਸੀ ਉੱਥੇ 7 ਫੇਜ ਜਾਂ 3ਵੀਂ ਬਾਂਚ ਜਾਂਦੇ ਸੀਗੇ। ਹੁਣ 3ਵੀਂ ਬਾਂਚ ਬਹੁਤ ਵੱਡਾ ਵਧੀਆ ਹਸਪੀਟਲ ਬਣਿਆ ਉਹ ਤੇ ਦੇਖੋ ਜਾ ਕੇ ਉਹਨੂੰ ਮਾਡਰਨ ਸਰ ਲੋੜ ਹੈ ਡਿਸਪੈਂਸਰੀਆਂ ਹੋਰ ਬਣਾਨ ਦੀ। ਹਸਪੀਟਲ ਹੋਰ ਬਣਾਨ ਦੀ ਤਾਂ ਕਿ ਆਮ ਲੋਕਾਂ ਨੂੰ ਜਿਹੜੀ ਹੈ ਸਹੂਲਤ ਜਿਹੜੀ ਹੈ ਮਿਲ ਸਕ ਕੋਈ ਹੋਰ ਵੀ ਤੁਸੀਂ ਡਿਮਾਂਡ ਕੋਈ ਬਜ਼ੁਰਗਾਂ ਬਾਰੇ ਜਾਂ ਪਾਰਕਾਂ ਬਾਰੇ ਕੋਈ ਨਵੀਂ ਤਰ੍ਹਾਂ ਦੀ ਕੋਈ ਦੋ ਤਿੰਨ ਡਿਮਾਂਡ ਜਿਹੜੀਆਂ ਬਹੁਤ ਜ਼ਰੂਰੀ ਹੈ ਕਿ ਸਾਡੇ ਮੁਹਾਲੀ ਸ਼ਹਿਰ ਦੇ ਵਿੱਚ ਸੀਨੀਅਰ ਸਿਟੀਜ਼ਨ ਹੋਮ ਕੋਈ ਨਹੀਂ ਹੈ ਵਰਕਿੰਗ ਔਮਨ ਹੋਸਟਲ ਕੋਈ ਨਹੀਂ ਹੈ ਬਾਕੀ ਸ਼ਹਿਰਾਂ ਚ ਆ ਗਿਆ ਬਾਕੀ ਸ਼ਹਿਰਾਂ ਲੁਧਿਆਣੇ ਹੈਗਾ ਜਲੰਧਰ ਆ ਗਿਆ ਬਠਿੰਡਾ ਹੈਗਾ ਫਰੀਦਕੋਟ ਚ ਆ ਗਿਆ ਸਰ ਤੇ ਮੁਹਾਲੀ ਤੇ ਤੁਸੀਂ ਦੇਖੋ ਜੀ ਬਹੁਤ ਕਿੱਦਾਂ ਦਾ ਕਿੱਦਾਂ ਦਾ ਚੰਦੇ ਜੇ ਤੁਸੀਂ ਹੋਵੇ ਅਸੀਂ ਚਾਹਦੇ ਹਾਂ ਕਿ ਸਰ ਗਮਾੜਾ ਜਿਹੜਾ ਹੈ ਉਹ ਬਣਾ ਕੇ ਦਵੇ ਹੂੰ ਤੇ ਉਥੇ ਲੋਕ ਜਿਹੜੇ ਹੈ ਚਾਹੇ ਪੇਮੈਂਟ ਲੈ ਕੇ ਉਥੇ ਰਹਿਣ ਅੱਜ ਕੱਲ ਤੁਸੀਂ ਦੇਖੋ ਸਰ ਕਿੰਨੀ ਪ੍ਰੋਬਲਮ ਹੈ ਸਾਡੇ ਬੱਚੇ ਚਲੇ ਗਏ ਬਾਹਰ ਮੀਆਂ ਬੀਬੀ ਸੀਨੀਅਰ ਸਿਟੀਜ਼ਨ ਘਰ ਰਹਿ ਗਏ ਉਹਨਾਂ ਨੂੰ ਲੋਕ ਆਫਟਰ ਕਾਉਂਟ ਕਰੇਗਾ ਸਰ ਕਿੱਥੇ ਜਾਣੋ ਪੈਸਾ ਵੀ ਆ ਗਿਆ ਪੈਸੇ ਦੇ ਕੇ ਵੀ ਰਹਿਣਾ ਚਾਹੁੰਦੇ ਨੇ ਲੋਕ ਲੇਕਿਨ ਜਾਨ ਕਿੱਥੇ ਸਰ ਇਹ ਸਮੱਸਿਆ ਇਸ ਕਰਕੇ ਅਸੀਂ ਪ੍ਰੋਪੋਜ਼ਲ ਦਿੱਤੀ ਆ ਕਿ ਸੀਨੀਅਰ ਸਿਟੀਜ਼ਨ ਹੋਮ ਵੀ ਬਣਾਇਆ ਜਾਵੇ ਤੇ ਵਰਕਿੰਗ ਔਮਨ ਹੋਸਟਲ ਕੁਝ ਲੜਕੀਆਂ ਪੀਜੀ ਜਿਹੜੀਆਂ ਰਹਿ ਰਹੀਆਂ ਉਥੇ ਰਹਿ ਸਕਣ ਪ੍ਰੋਪਰ ਮਾਹੌਲ ਉਹਨਾਂ ਨੂੰ ਮਿਲ ਸਕੇ ਹਾਂ ਓਕੇ ਤੋਂ ਹੀ ਕੋਈ ਪਾਰਕਾਂ ਬਾਰੇ ਵੀ ਜ਼ਿਕਰ ਕਰ ਰਹੇ ਸੀ ਪਾਰਕਾਂ ਬਾਰੇ ਸਾਰੇ ਹੈ ਹਾਂ ਪਾਰਕਾਂ ਬਾਰੇ ਇਸ ਕਰਕੇ ਸੀ ਵੀ ਪਾਰਕਾਂ ਜਦੋਂ ਇਹ ਬਣੀਆਂ ਸਰ ਇੱਕ ਤੇ ਉਹਨਾਂ ਦੀ ਜਿਹੜੀ ਰੇਲਿੰਗ ਹੈ ਬਹੁਤ ਛੋਟੀ ਰਹਿ ਗਈ ਸਰ ਪਛੂ ਬਹੁਤ ਅੰਦਰ ਵੜ ਜਾਂਦੇ ਆ ਕੁੱਤੇ ਵੜ ਜਾਂਦੇ ਆ ਅਸੀਂ ਕਮਿਸ਼ਨ ਸਾਹਿਬ ਨੇ ਇਹ ਮੇਨਟੇਨੈਂਸ ਐਗਰੀ ਕਰ ਲਿਆ ਉਹਨਾਂ ਨੇ ਇਸ ਵਾਰ ਐਗਰੀ ਕਰ ਲਿਆ ਕਿ ਇਹਨਾਂ ਨੂੰ ਚਾਰ ਚਾਰ ਫੋਟ ਜਿਹੜਾ ਹੈ ਤੇ ਇਹਨਾਂ ਦੇ ਗੇਟ ਲਗਾਏ ਜਾਣ ਇੱਕ ਨੇ ਸਾਡਾ ਦੂਸਰਾ ਐ ਸੀ ਲਾਈਟ ਪੁਆਇੰਟ ਪਾਰਕਾਂ ਦੇ ਪ੍ਰੋਪਰ ਚੱਲਨੇ ਚਾਹੀਦੇ ਆ ਤੀਸਰਾ ਪੁਆਇੰਟ ਸੀ ਵੀ ਇੱਕ ਤੁਸੀਂ ਪਾਲਿਸੀ ਬਣਾ ਦਿਓ ਸਰ ਕਈ ਪਾਰਕਾਂ 'ਚ ਬੈਂਚ ਚਾਰ ਲੱਗੇ ਕਈਆਂ 'ਚ 10 ਲੱਗੇ ਕਈਆਂ 'ਚ 20 ਲੱਗੇ ਜਿੱਥੇ ਕੌਂਸਲਰ ਜਿਹੜਾ ਆ ਉਹ ਕਹਿ ਲਿਆ ਐਕਟਿਵ ਹੁੰਦਾ ਮੈਂ ਬੇਨਤੀ ਕੀਤੀ ਵੀ ਸਾਰੇ ਪਾਲਿਸੀ ਦੇ ਮਤਾਬ ਪਿਕ ਐਂਡ ਚੂਜ਼ ਨਾ ਕਰੋ ਪਾਲਿਸੀ ਦੇ ਮਤਾਬ ਤੁਸੀਂ ਸਾਰਿਆਂ ਨੂੰ ਉਹਨਾਂ ਨੇ ਵੀ ਐਗਰੀ ਕੀਤਾ ਬਿਲਕੁਲ ਤੁਹਾਡਾ ਪੁਆਇੰਟ ਠੀਕ ਆ ਉਹਦੇ ਮਤਾਬਕ ਹੋਣੀ ਚਾਹੀਦੀ ਇੱਕ ਪੁਆਇੰਟ ਐ ਸੀ ਵੀ ਸੀਨੀਅਰ ਸਿਟੀਜ਼ਨ ਜਿਹੜੇ ਸਾਰੇ ਸ਼ਹਿਰ ਕਰਦੇ ਕਿਸੇ ਵੇਲੇ ਬਾਥਰੂਮ ਦੀ ਪ੍ਰ ਤੋਂ ਉਹਨਾਂ ਦੇ ਕਾਬਿ ਕੋਈ ਥੋੜੀ ਦਿੱਕਤ ਆਂਦੀ ਅਸੀਂ ਇਹ ਰਿਕਵੈਸਟ ਕੀਤੀ ਸੀ ਜਿਹੜੀਆਂ ਐਸੋਸੀਏਸ਼ਨ ਚਾਹਦੀਆਂ ਵੀ ਸਾਨੂੰ ਵਾਸ਼ਰੂਮ ਬਣਵਾ ਦਿਓ ਅਸੀਂ ਮੇਨਟੇਨ ਕਰ ਲਾਂਗੇ ਅਲਾਉ ਕਰ ਦਿਓ ਸਰ ਕੋਈ ਦਿੱਕਤ ਨਹੀਂ ਸਰ ਹਮ ਹਮ ਅਗਲਾ ਪੁਆਇੰਟ ਇਹ ਸੀਗਾ ਵੀ ਤੁਸੀਂ ਸਹਿਰ ਕਰਨ ਵਾਸਤੇ ਕੱਚੇ ਪੱਕਾ ਟਰੈਕ ਬਣਾਓ ਟਰੈਕ ਬਣਾਓ ਤਾਂ ਕਿ ਤੇ ਮੈਨੂੰ ਲੱਗਦਾ ਚੰਡੀਗੜ੍ਹ ਦੇ ਪਾਰਕ ਦੇਖਲੇ ਲੱਗਦਾ ਹਾਂਜੀ ਹਾਂਜੀ ਉਹ ਮੰਨਦੇ ਆ ਕੁਝ ਬਣਾਏ ਵੀ ਹੈ ਕਾਰਪੋਰੇਸ਼ਨ ਨੇ ਚਾਰ ਪੰਜ ਸੈਕਟਰਾਂ ਦੇ ਵਿੱਚ ਬਣਾਏ ਆ ਪਰ ਹੋ ਲੋੜ ਕਿਉਂ ਸਾਡਾ ਇਮਿਊਨ ਸਿਸਟਮ ਢੀਕ ਹੈ ਤਾਂ ਹੀ ਅਸੀਂ ਬਿਮਾਰ ਹੁੰਦੇ ਆ ਤੁਸੀਂ ਦੇਖਿਆ ਹੋਣਾ ਸਰ ਕੋਵਿਡ ਦੇ ਦੌਰਾਨ ਕੋਈ ਮਜ਼ਦੂਰ ਬੰਦੇ ਨੂੰ ਕੋਵਿਡ ਹੋਇਆ ਕਾਰਨ ਇਸੇ ਮਿਹਨਤ ਕਰਦੇ ਆ ਅਸੀਂ ਲੋਕ ਘਰ ਚ ਬੈਠੇ ਖਾਈ ਜੰਨੇ ਆ ਮਿਹਨਤ ਕਰਦੇ ਨਹੀਂ ਐਕਸਰਸਾਈਜ਼ ਕਰਦੇ ਨਹੀਂ ਬਿਮਾਰੀਆਂ ਸਾਨੂੰ ਚਲੋ ਸਿਹਤ ਤੇ ਜ਼ਰੂਰੀ ਹੈ ਸਿਹਤ ਜ਼ਰੂਰੀ ਹੈ ਇੱਕ ਅਸੀਂ ਪਾਰਕਾਂ ਦੇ ਵਿੱਚ ਸਰ ਇਹ ਕਿਹਾ ਮੈਂ ਥੋੜਾ ਜਿਹਾ ਟਾਈਮ ਲੈ ਰਿਹਾ ਤੁਹਾਡਾ ਕਿ ਯੋਗਾ ਸਟੈਂਡ ਬਣਾਏ ਜਾਣ ਤਾਂ ਕਿ ਜਿਹੜੇ ਲੋਕ ਫ੍ਰੀ ਸੇਵਾ ਕਮਿਊਨਿਟੀ ਨੂੰ ਦੇਣਾ ਚਾਹੁੰਦੇ ਆ ਉਹ ਸੇਵਾ ਲੈ ਸਕਣ ਓਕੇ ਓਕੇ ਜਦੋਂ ਜੋਗਾ ਹੁੰਦਾ ਹੋਗਾ ਤੇ ਬੰਦਾ ਆਮ ਚੱਲਦਾ ਵੀ ਬਹਿ ਜਾਊਗਾ ਵੀ ਚੱਲਦਾ ਵੀ ਬਹਿ ਜਾਊਗਾ ਉਹ ਦੇਖੋ ਇੱਕ ਥੋੜੀ ਜੀ ਕਾਰਪੋਰੇਸ਼ਨ ਦੀ ਅੰਦਰਲੀ ਹਾਲਤ ਦੱਸੋ ਵੀ ਇਸ ਵੇਲੇ ਕੀ ਸਿਚੁਏਸ਼ਨ ਆ ਕਾਰਪੋਰੇਸ਼ਨ ਚ ਕੋਈ ਸੰਜੀਦਾ ਢੰਗ ਨਾਲ ਮੁੱਦੇ ਡਿਸਕਸ ਹੁੰਦੇ ਆ ਕਿ ਸਿਆਸਤ ਹੀ ਰੁਲ ਜਾਂਦੇ ਆ ਰੌਲਾ ਗੋਲਾ ਜਿਆਦਾ ਨਹੀਂ ਸਿਆਸਤ ਵੀ ਹੁੰਦੀ ਉੱਥੇ ਇਹ ਨਹੀਂ ਮੈਂ ਕਹਿੰਦਾ ਸਿਆਸਤ ਨਹੀਂ ਹੁੰਦੀ ਜਿਹੜਾ ਵਿਰੋਧੀ ਉਹਨਾਂ ਨੇ ਸਿਆਸਤ ਕਰਨੀ ਦੂਜਿਆਂ ਨੇ ਵੀ ਕਰਨੀ ਆ ਪਰ ਨਹੀਂ ਸਿਆਸਤ ਤੇ ਨਹੀਂ ਹੁੰਦੀ ਨਹੀਂ ਸਿਆਸਤ ਨੇਰੀ ਨਹੀਂ ਹੁੰਦੀ ਜਿਹੜੇ ਵੀ ਸ਼ਹਿਰ ਦੇ ਮਸਲੇ ਹੁੰਦੇ ਆ ਉਹਦੇ ਚ ਇਹ ਜੀ ਕੋਈ ਵੇਰੀਏਸ਼ਨ ਨਹੀਂ ਹੁੰਦੀ ਵੀ ਜੇ 50 ਕਾਉਂਸਲਰ ਆ ਤੇ ਜਿਹੜੇ ਰੂਲਿੰਗ ਪਾਰਟੀ ਦੇ ਉਹਨਾਂ ਨੂੰ ਉਹਨਾਂ ਦੇ ਕੰਮ ਕਰ ਦਿਓ ਦੂਜਿਆਂ ਦੇ ਨਾ ਕਰੋ ਜੇ ਹਰ 50 ਦੇ 50 ਕਾਉਂਸਲਰਾਂ ਦੇ 15-15 ਲੱਖ ਤੇ ਕੰਮ ਪਾਏ ਜਾਂਦੇ ਆ ਹਰ ਮੀਟਿੰਗ 'ਚ ਜਿਹੜੇ ਵੀ ਉਹਨਾਂ ਦੇ ਹੋਰ ਮੁੱਦੇ ਹੁੰਦੇ ਜ਼ੋਨ ਵਾਈਜ਼ ਵੀ ਕੰਮ ਹੋ ਰਿਹਾ ਸਾਰੇ ਕੰਮਾਂ ਦੀ ਕੋਈ ਪ੍ਰੋਬਲਮ ਪਿਛਲੇ 10 ਮਹੀਨਿਆਂ 'ਚ ਮੇਰੇ ਵਾਰਡ 'ਚ 2 ਕਰੋੜ ਦਾ ਕੰਮ ਹੋਇਆ ਅੱਛਾ ਬਾਕੀਆਂ ਵਾਰਡਾਂ 'ਚ ਸਾਰਿਆਂ 'ਚ ਇੱਕ ਸਾਲ ਦੇ ਵਿੱਚ ਇੱਕ ਸਾਲ ਦੀ ਮੈਂ ਆਪਣੀ ਪ੍ਰੋਗਰੈਸ ਦਿੱਤੀ ਹੈ ਮੈਂ ਆਪਣੇ ਵਾਰਡ ਦੇ ਬੰਦੇ ਨੂੰ ਵੀ ਆਹ ਮੈਂ ਕੰਮ ਕਰਾਏ ਆ ਇੰਨੀ ਅਮਾਉਂਟ ਦੇ ਕਰਾਏ ਆ ਤੇ ਐਦਾਂ ਦੀ ਕੋਈ ਪੋਜੀਸ਼ਨ ਨਹੀਂ ਪਿਛਲੇ ਸਾਲ ਸਮਿਆਂ 'ਚ ਰਹੀ ਨਾ ਪੈਸੇ ਦੀ ਕਮੀ ਆਈ ਆ ਤੁਸੀਂ ਹੁਕਮਰਾਨ ਜਿਹੜਾ ਉਹਦੇ ਨਾਲ ਜੁੜੇ ਨਾ ਪਾਰਟੀ ਨਾਲ ਇਸ ਕਰਕੇ ਹੋ ਸਕਦਾ ਤੁਹਾਨੂੰ 2 ਕਰੋੜ ਦਿੱਤਾ ਨਹੀਂ ਸਾਰਿਆਂ ਨੂੰ ਦਿੱਤੇ ਉਹ ਸਾਰਿਆਂ ਦਾ ਡਾਟਾ ਕ ਆਰਟੀਆ ਜਗੜਾ ਲੋ ਸਾਰਿਆਂ ਦਾ ਕੰਮ ਹੋਇਆ ਐ ਐਦਾਂ ਦਾ ਕੁਝ ਨਹੀਂ ਨਾ ਇਸ ਤਰ੍ਹਾਂ ਦਾ ਕੁਝ ਨਹੀਂ ਵੀ ਉਹਨਾਂ ਦਾ ਕੋਈ ਵਿਤ ਕਰਾ ਵੀ ਇਹਨੂੰ ਦੇਣਾ ਨਹੀਂ ਵੋਟ ਤਾਂ ਉੱਥੋਂ ਵੀ ਲੈਣੀ ਸਾਰਿਆਂ ਨੇ ਅਸੀਂ ਵੀ ਲੈਣੀ ਵੋਟ ਉਹਨਾਂ ਨੇ ਵੀ ਲੈਣੀ ਤੇ ਅਸੀਂ ਉਹਨਾਂ ਦਾ ਕੰਮ ਨਹੀਂ ਕਰਾਂਗੇ ਸਾਡੀ ਵੋਟ ਖਰਾਬ ਹੋਊਗੀ ਸੈਣੀ ਸਾਹਿਬ ਚੰਡੀਗੜ੍ਹ ਚ ਤਿੰਨ ਗੰਭੀਰ ਸਮੱਸਿਆਵਾਂ ਚੱਲ ਰਹੀਆਂ ਕਈ ਸਾਲਾਂ ਤੋਂ ਇੱਕ ਕੁੱਤਿਆਂ ਦੀ ਡੌਗ ਹੋ ਗਏ ਕਈ ਕੁੱਤੇ ਕਹਿੰਦੇ ਵੀ ਇਤਰਾਜ਼ ਕਰਦੇ ਕੁੱਤਾ ਪਰ ਵੀ ਡੌਗ ਤੇ ਮੱਖੀਆਂ ਸ਼ਹਿਰ ਦੀਆਂ ਮੱਖੀਆਂ ਤਤੀਜਾ ਬਾਂਦਰ ਨੇ ਇੱਥੇ ਸਿਰਫ ਕੁੱਤਿਆਂ ਦੀ ਪ੍ਰੋਬਲਮ ਕੁੱਤਿਆਂ ਦੇ ਪ੍ਰਾਮਤ ਮੇਜਰ ਹੈ ਸਾਡੇ ਹਸਪਤਲ ਕੋਈ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਹਸਪਤਲ ਵੀ ਹੈ ਚੰਡੀਗੜ੍ਹ ਚ ਬੈਨ ਵੀ ਬਣੀ ਹੈ ਕੋਈ ਅਗਰ ਟੈਲੀਫੋਨ ਕਰਦਾ ਉਹਨਾਂ ਦਾ ਇੱਕ ਨੰਬਰ ਹੈ ਹੈਲਪਲਾਈਨ ਹੈ ਉਹ ਆ ਕੇ ਲੇਟ ਫੇਟ ਆਉਣ ਭਾਵੇਂ ਆ ਜਾਂਦੇ ਆ ਜਾਂਦੇ ਜੀ ਲੇਟ ਨਹੀਂ ਉਹ ਬੜੀ ਕਿਕ ਸਰਵਿਸ ਹੈ ਤੇ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਕਿ ਸ਼ਾਇਦ ਉੱਥੇ ਕੁੱਤਿਆਂ ਦਾ ਹਸਪਤਲ ਦੀ ਜਗ੍ਹਾ ਲਾਟ ਹੋ ਗਈ ਹੈ ਤੇ ਉਹ ਜਲਦੀ ਜਿਹੜਾ ਵਰਕਿੰਗ ਜਿਹੜਾ ਮਤਲਬ ਇਹ ਕੁੱਤੇ ਵੱਡਣ ਵਾਲੇ ਕੇਸ ਕਾਫੀ ਆ ਰਹੇ ਮਹਾਲਾ ਇਹਨਾਂ ਦੇ ਇੱਕ ਤਾਂ ਟੀਕੇ ਨਹੀਂ ਲੱਗੇ ਹੁੰਦੇ ਸਰ ਓਕੇ ਅੱਛਾ ਦੂਸਰੀ ਸਮੱਸਿਆ ਹੋਰ ਹੈ ਸਰ ਹਮਮ ਹੁਣ ਆਪਣੇ ਆਪ ਨੂੰ ਅਸੀਂ ਸ਼ਹਿਰ ਤੇ ਡਿਵੈਲਪ ਕਰਨਾ ਚਾਹੁੰਦੇ ਆ ਪਰ ਲੋਕਾਂ ਨੂੰ ਸਾਰੇ ਇਹ ਬੇਨਤੀ ਹੈ ਵੀ ਜਿਹੜਾ ਕੁੱਤੇ ਨੂੰ ਪਾ ਸ਼ਹਿਰ ਕਰਾਂਦੇ ਸਰ ਉਹ ਜਦੋਂ ਵਾਸ਼ਰੂਮ ਟੱਟੀ ਕਰਦਾ ਇਸ ਸਿਸਟਮ ਨੂੰ ਉਹ ਕੁਛ ਨਾ ਕੁਛ ਆਪਣੇ ਹੱਥ ਦੇ ਆਪਣੇ ਘਰੋਂ ਬਾਹਰ ਲੈ ਆਉਂਦੇ ਗਵਾਂਡੀਆਂ ਦੇ ਕਰ ਲੈਣ ਉਹਨੇ ਕੀ ਲੈਣਾ ਉਹ ਲਫਾਫਾ ਜਾਂ ਪਲਾਸਟਿਕ ਜਿੱਥੇ ਵੀ ਉਹ ਗੰਦ ਪਾਵੇ ਉਹ ਚੁੱਕ ਕੇ ਸਰ ਕਿਸੇ ਪ੍ਰੋਪਰ ਜਗ੍ਹਾ ਦੇ ਵਿੱਚ ਰੱਖਣਾ ਤੇ ਫੇਰ ਉਹ ਤੇ ਨਾ ਕਾਰਪੋਰੇਸ਼ਨ ਨੇ ਕੰਨਾਂ ਨਾ ਉਹ ਲੋਕਾਂ ਨੇ ਕਰਨਾ ਨਾ ਡੀਸੀ ਨੇ ਕਰਨਾ ਆਪ ਤੁਹਾਨੂੰ ਤੁਹਾਡੇ ਥਰੂ ਇਹੋ ਪਬਲਿਕ ਨੂੰ ਬੇਨਤੀ ਕਰਨਾ ਚਾਹਨਾ ਕਿ ਜੇ ਆਪਣੇ ਘਰ ਨੂੰ ਆਪਾਂ ਵਧੀਆ ਬਣਾਣਨੇ ਆ ਆਪਣੀ ਗਲੀ ਨੂੰ ਵੀ ਵਧੀਆ ਬਣਾ ਲਈਏ ਫਿਰ ਆਪਾਂ ਆਪਣੇ ਸ਼ਹਿਰ ਨੂੰ ਵੀ ਵਧੀਆ ਬਣਾ ਲਈਏ ਕਾਰਪੋਰੇਸ਼ਨ ਦੇ ਕੋਲ ਕਿੰਨਾ ਮੁਲਾਜ਼ਮ ਹੈ 200 ਹੋਏਗਾ 250 ਹੋਏਗਾ ਸਰ ਨਹੀਂ ਇਹ ਤੇ ਫਿਤਰਤ ਦੀ ਗੱਲ ਹੈ ਨਾ ਤੇ ਅਸੀਂ ਲੋਕ ਜਿਹੜੇ ਸੜਕ ਤੇ ਗੰਦ ਪਾ ਰਹੇ ਜੇ ਇੱਕ ਅਗਲਾ ਪੁਆਇੰਟ ਹੈ ਸਰ ਕਿ ਬਹੁਤ ਸਾਰੇ ਸਾਡੇ ਜਿਹੜੇ ਆਰ ਡਬਲਯੂ ਜਿਹੜੇ ਅਸੀਂ ਪੱਤੇ ਇਕੱਠੇ ਕਰਦੇ ਹਾਂ ਸਰ ਇਹ ਬੜਾ ਮੇਜਰ ਇਸ਼ੂ ਹੈ ਸਰ ਅਸੀਂ ਉਹ ਬਾਹਰ ਫੈਂਕ ਦਿੰਦੇ ਹਾਂ ਕਾਰਪੋਰੇਸ਼ਨ ਦੀ ਗੱਡੀ ਆਂਦੀ ਹੈ ਉਹ ਚੱਕ ਕੇ ਲੈ ਜਾਂਦੀ ਹੈ ਸਰ ਕਿਉਂ ਨਾ ਜਿਹੜੇ ਪਾਰਕ ਆ ਸਾਡੇ ਉਹਨਾਂ ਦੇ ਵਿੱਚ ਇੱਕ ਸਿਸਟਮ ਬਣਾਇਆ ਉਹਨਾਂ ਦੀ ਖਾਦ ਬਣਾਈ ਜਾਵੇ ਸਰ ਮੈਂ ਮੋਟੀਵੇਟ ਕੀਤਾ ਜਾਵੇ ਇਹ ਜਿਹੜਾ ਖਾਦ ਵਾਲਾ ਸਿਸਟਮ ਹੈ ਇਹਨਾਂ ਨੇ ਬਣਾਇ ਤੇ ਹੈ ਸਰ ਪਰ ਉਹ ਪ੍ਰੋਪਰ ਵਰਕਿੰਗ ਨਹੀਂ ਹੈ ਉਹ ਕੀਤਾ ਕੀ ਆ ਨੇ ਉਹਦੇ ਚ ਸੈਗਰੀਗੇਸ਼ਨ ਲਈ ਜਿਹੜੇ ਮੇਨ ਜਿਹੜੇ ਪਾਰਕ ਸਪੈਸ਼ਲ ਪਾਰਕ ਹੈ ਸੈਣੀ ਸਾਹਿਬ ਉਹ ਤਾਂ ਉਹਨਾਂ ਜੇ ਤਾਂ ਇਹਨਾਂ ਨੇ ਉਹ ਲੋਹੇ ਦੇ ਜੰਗਲੇ ਬਣਾਏ ਆ ਉਹਦੇ ਵਿੱਚ ਪਾਉਂਦੇ ਆ ਜਿਹੜੇ ਇੰਟਰਨਲ ਪਾਰਕ ਹੈ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਕੋਲ ਉਹਨਾਂ ਦੇ ਵਿੱਚ ਇਹ ਪ੍ਰੋਵੀਜ਼ਨ ਕਰਨੀ ਬਣਦੀ ਆ ਵੀ ਉਹਨਾਂ ਜੇ ਵੀ ਉਹੀ ਪ੍ਰੋਵੀਜ਼ਨ ਕਰਦੇ ਤੇ ਉਹਦੋਂ ਉਹਨੂੰ ਲੈ ਆ ਕੇ ਸੈਗਰੀਗੇਸ਼ਨ ਉਹਦੇ ਵਿੱਚ ਵੀ ਕਰਦੇ ਆ ਤੇ ਅਲੱਗ ਬਣਿਆ ਜਗ੍ਹਾ ਬਣੀ ਆ ਜਿੱਥੇ ਸੈਗਰੀਗੇਸ਼ਨ ਹੋ ਰਹੀ ਆ ਬਿਲਕੁਲ ਤੁਸੀਂ ਗੱਲ ਬਿਲਕੁਲ ਠੀਕ ਕਰ ਰਹੇ ਹੋ ਪਰ ਮੈਂ ਇਹਦੇ ਚ ਮੇਰੇ ਜਿਹੜਾ ਕਹਿੰਦਾ ਉਹ ਅਲੱਗ ਆ ਸਰ ਇਹਨਾਂ ਨੇ ਦੱਸਿਆ ਵੀ ਅਸੀਂ ਪ ਸਰ ਉਸ ਨੂੰ ਫਿਰ ਚੱਕਣਾ ਪੈਂਦਾ ਅਸੀਂ ਕਿਉਂ ਨਾ ਉਹਦੀ ਜੈਵਿਕ ਖਾਦ ਬਣਾਈਏ ਉਹਨੂੰ ਚੱਕ ਕੇ ਉਹਦੇ ਥੱਲੇ ਇੱਕ ਇੱਕ ਫੁੱਟ ਖਾਲੀ ਏ ਖਾਦ ਬੰਨ੍ਹ ਜAVE ਨੀਚੇ ਗਿਰਦੇ ਉਹ ਉਸੇ ਬਣਾਈ ਜਾਵੇ ਸਰ ਮੈਂ ਇਹ ਕਿਸੇ ਐਕਸਪਰਟ ਨਾਲ ਗੱਲ ਕਰਕੇ ਸਰ ਹਾਂਜੀ ਬਖਸ਼ੀ ਮੈਂ ਕਲੀਅਰ ਕਰਨਾ ਚਾਹੁੰਦਾ ਸਾਡੇ 11 ਫੇਸ ਦੇ ਵਿੱਚ ਇੱਕ ਮੇਨ ਪਾਰਕ ਹੈ ਨੇਬਰਹੂਡ ਪਾਰਕ ਹੈ ਓਕੇ ਉੱਥੇ ਸਿਸਟਮ ਸਾਰਾ ਹੈਗਾ ਡਵੈਲਪਮੈਂਟ ਬਹੁਤ ਵਧੀਆ ਸਾਡੇ ਸਾਰੇ ਪਾਰਕਾਂ ਦੀ ਚੱਲ ਰਹੀ ਹੈ ਸਾਨੂੰ ਕੋਈ ਗੱਲ ਨਹੀਂ ਆ ਕੱਚਾ ਟਰੈਕ ਵੀ ਬਣਿਆ ਪੱਕਾ ਟਰੈਕ ਵੀ ਬਣਿਆ ਪੱਤਿਆਂ ਵਾਸਤੇ ਜਿਹੜਾ ਗਲਣ ਵਾਸਤੇ ਗਰਾਊਂਡ ਦੇ ਵਿੱਚ ਵੀ ਬਣਿਆ ਤੇ ਜਾਲੀਆਂ ਲਾ ਕੇ ਬੜੀ ਵੱਡੀ ਗੱਲ ਹੈ ਸਾਡੇ ਜੋ ਮੇਨ ਕਾਉਂਸਲਰ ਨੇ ਕਲਵਨ ਸਿੰਘ ਖਲੀਰ ਬੜੀ ਮਿਹਨਤ ਕਰਦੇ ਆ ਸਾਡੇ ਆਸਤੇ ਬਹੁਤ ਫੰਡ ਉਹਨਾਂ ਲਿਆਂਦੇ ਸਾਡੇ ਮਤਲਬ ਹੁੰਦਿਆਂ ਹੁੰਦਿਆਂ ਇਸ ਤੋਂ ਪਹਿਲਾਂ ਕਦੀ ਐਨੇ ਕੰਮ ਨਹੀਂ ਸੀ ਹੋਏ ਬੇਸ਼ੱਕ ਸਰਕਾਰ ਕੋਈ ਵੀ ਹੋਵੇ ਮੇਅਰ ਸਾਹਿਬ ਜਾਂ ਸਿੱਧੂ ਸਾਹਿਬ ਵੈਸੇ ਬਹੁਤ ਹੈਲਪ ਕੀਤੀ ਉਹਨਾਂ ਨੇ ਆਉਂਦੀ ਵੀ ਰਹਿ ਸਾਨੂੰ ਫੰਡ ਵੀ ਦਿੰਦੇ ਰਹਿ ਇਸ ਪੁਆਇੰਟ ਤੇ ਸਾਨੂੰ ਕੋਈ ਗੱਲਾ ਨਹੀਂ ਡਵੈਲਪਮੈਂਟ ਬਹੁਤ ਹੋ ਰਹੀ ਆ ਪਰ ਆਪਾਂ ਨੂੰ ਸ਼ਹਿਰ ਨੂੰ ਅੱਗੇ ਡਵੈਲਪਮੈਂਟ ਕਰਨ ਵਾਸਤੇ ਸਾਨੂੰ ਹੋਰ ਕਰਨਾ ਪਊਗਾ ਜਿਵੇਂ ਇਹਨਾਂ ਨੇ ਇੱਕ ਮੁੱਦਾ ਉਹ ਪਾਣੀ ਦਾ ਚੁੱਕਿਆ ਸੀਗਾ ਕਿ ਬਰਸਾਤੀ ਪਾਣੀ ਜਿਹੜਾ ਉਹ ਠੀਕ ਹੈ ਪੰਜ ਫੇਸ ਦੇ ਵਿੱਚ ਉਧਰ ਸ਼ੁਰੂ ਕਰ ਦਿੱਤਾ ਸਾਡੇ ਏਰੀਆ ਦੇ ਵਿੱਚ ਵੀ ਉਹ ਜਿਹੜੀਆਂ ਪਾਈਪ ਲਾਈਨਾਂ ਸਿਲਟ ਨਾਲ ਭਰੀਆਂ ਆਈਆਂ ਮੈਂ ਪੇਵਰ ਬਲੌਕ ਦਾ ਕੰਮ ਕਰਾ ਰਿਆ ਸੀਗਾ ਉੱਥੇ ਅਸੀਂ ਰੋਡ ਗਲੀ ਕੱਢ ਰਹੇ ਸੀ ਰੋਡ ਗਲੀ ਜਦੋਂ ਕੱਢੀ ਤਾਂ ਉਹਦੇ ਵਿੱਚੋਂ ਸਾਰਾ ਹੀ ਮਿੱਟੀ ਨਾਲ ਭਰਿਆ ਹੋਇਆ ਹੈ ਉਹਨਾਂ ਨੂੰ ਕਲੀਅਰ ਕਰਾਉਣ ਦੀ ਲੋੜ ਹੈ ਤਾਂ ਕਿ ਪਾਣੀ ਜਿਹੜਾ ਕਲੀਅਰ ਹੋ ਜਾਏ ਸੜਕਾਂ ਦੇ ਉੱਤੇ ਨਾ ਰਵੇ। ਸੋ ਡਵੈਲਪਮੈਂਟ ਦੀ ਕੋਈ ਕਮੀ ਨਹੀਂ ਹੈ ਚਾਹੇ ਕੋਈ ਵੀ ਸਰਕਾਰ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਸਰ ਵੀ ਆਪਾਂ ਇਕੱਲੇ ਇਕੱਲੇ ਪਾਰਕ ਦੀ ਡਵੈਲਪਮੈਂਟ ਨਹੀਂ ਕਰਨੀ। ਅਸੀਂ ਸ਼ਹਿਰ ਦੀ ਡਵੈਲਪਮੈਂਟ ਕਰਨੀ ਹੈ। ਸਾਡਾ ਕਹਿਣਾ ਵੀ ਤੁਸੀਂ ਪਾਲਿਸੀ ਬਣਾਓ ਜੇ ਤੁਸੀਂ ਸੈਗਰੀਗੇਸ਼ਨ ਦੀ ਉਹਦੀ ਪਾਲਸੀ ਬਣਨੀ ਚਾਹੀਦੀ ਹੈ ਜੇ ਖਾਦ ਦੀ ਹੈ ਤੇ ਉਹਦੀ ਪਾਲਸੀ ਬਣਨੀ ਚਾਹੀਦੀ ਹੈ ਤਾਂ ਕਿ ਅਸੀਂ ਸਾਰੇ ਸ਼ਹਿਰ ਨੂੰ ਜੀ ਸੁੰਦਰ ਬਣਾਣਾ ਹੈ ਰੈਂਕਿੰਗ ਵਧਾਣੀ ਹੈ ਸਾਰੇ ਸ਼ਹਿਰ ਦੀ ਆਣੀ ਹੈ ਨਾ ਮੰਨ ਲਓ ਇਹਨਾਂ ਦਾ ਪਾਰਕ ਬਹੁਤ ਵਧੀਆ ਬਣ ਗਿਆ ਇਹ ਕੌਂਸਲਰ ਸਾਹਿਬ ਨੇ ਮਿਹਰਬਾਨੀ ਕਰਤੀ ਆਪਣੇ ਪਾਰਕ ਜ ਬਾਕੀ ਪਾਰਕਾਂ ਦਾ ਕੀ ਹੋਊਗਾ ਬਾਕੀ ਸ਼ਹਿਰ ਦੀ ਡਿਵੈਲਪਮੈਂਟ ਦਾ ਕੀ ਹੋਊਗਾ ਸਰ ਨੀਤੀ ਬਣਨੀ ਚਾਹੀਦੀ ਪਰ ਮੋਦੀ ਇਹ ਸਮਾਵੀ ਖਤਮ ਹੁੰਦਾ ਜਾ ਰਿਹਾ ਇੱਕ ਕਮਿਊਨਿਟੀ ਸੈਂਟਰ ਜਿਹੜੇ ਹੁੰਦੇ ਆ ਇਹ ਇੱਕ ਆਮ ਵਿਅਕਤੀ ਜਿਹੜਾ ਜਿਹੜੇ ਤੇ ਪੈਸੇ ਵਾਲੇ ਆ ਉਹਨਾਂ ਲਈ ਤੇ ਜਿੱਥੇ ਮਰਦੀ ਉਹ ਵਿਆਹ ਸ਼ਾਦੀ ਕਰ ਲੈਣ ਜਾਂ ਛੋਟੇ-ਮੋਟੇ ਫੰਕਸ਼ਨ ਕਰ ਲੈਣ ਆਮ ਵਿਅਕਤੀਆਂ ਲਈ ਕਮਿਊਨਿਟੀ ਸੈਂਟਰ ਬਹੁਤ ਇੱਕ ਨੀਡ ਐ ਲੋੜ ਐ ਚੰਡੀਗੜ੍ਹ 'ਚ ਬਹੁਤ ਸੋਹਣੇ ਬਣੇ ਆ ਪਹਿਲਾਂ ਰੂਟੀਨ 'ਚ ਬਣੇ ਸੀ ਹੁਣ ਰੈਨੋਵੇਟ ਕਰਕੇ ਇਸ ਢੰਗ ਦੇ ਬਣੇ ਵੀ ਆਮ ਬੰਦਾ ਜੇ ਉੱਥੇ ਆਪਣੇ ਬੱਚਿਆਂ ਦੇ ਵਿਆਹ ਵੀ ਕਰਾ ਲੇ ਤੈਨੂੰ ਲੱਗਦਾ ਨਹੀਂ ਕੋਈ ਹੀਣ ਭਾਵਨਾ ਨਹੀਂ ਲੱਗਦੀ ਇੱਥੇ ਕੀ ਸਿਸਟਮ ਐ ਦੇਖੋ ਉਹਦੇ 'ਚ ਜਿਹੜੇ ਹੁਣ ਸਾਰੇ ਅਸੀਂ ਜਿਹੜੇ ਕਮਿਊਨਿਟੀ ਸੈਂਟਰ ਐ ਉਹਨਾਂ ਨੂੰ ਰੈਨੋਵੇਟ ਕਰਨ ਜਾ ਰਹੇ ਆ ਕਰ ਰਹੇ ਹਾਂ ਹਾਂ ਸ਼ੁਰੂ ਕਰਤਾ ਹੈ ਵੇਹ ਪਹਿਲਾਂ ਹੈਗੇ ਨੇ ਕਮਿਊਨਿਟੀ ਸੈਂਟਰ ਕਮਿ ਕਮਿਊਨਿਟੀ ਸੈਂਟਰ ਉਸ ਲੈਵਲ ਦੇ ਨਹੀਂ ਹੈ ਮੈਂ ਕਹੂੰਗਾ ਜਿਵੇਂ ਉਹਨਾਂ ਦਾ ਕਰਾਇਆ ਵੀ ਅਸੀਂ ਕਿੰਨਾ ਲੈ ਰਹੇ ਹਾਂ 8 85000 ਕਰਾਇਆ ਲੈਨੇ ਆ ਤੇ ਉਹ ਜਿਸ ਤਰ੍ਹਾਂ ਤੁਸੀਂ ਬਾਹਰ ਜਾਂਦੇ ਆ ਜਗਾ ਵੀ ਦੇਣੀ ਲਾਹੌਲ ਵੀ ਆ ਬਾਹਰ ਵੀ ਟੈਂਟ ਲਗਾ ਸਕਦੇ ਆ ਤੁਸੀਂ ਆਪ ਦਾ ਕਰਾਇਆ ਤਾਂ ਬਹੁਤ ਮੈਨੂੰ ਘੱਟ ਮੈਂ ਕਹਾਂਗਾ ਵੀ ਘੱਟਿਆ ਨਵੀਂ ਉਹ ਘੱਟ ਵੀ ਨਹੀਂ ਕਹਿ ਸਕਦੇ ਕਿਉਂਕਿ ਉਹ ਅਸੀਂ ਵਧੀਆ ਕਰਾਂਗੇ ਇਹ ਪਬਲਿਕ ਦੀ ਸਹੂਲਤ ਲਈ ਹੈ ਨਾ ਮੇਨਟੇਨੈਂਸ ਚਾਰਜ ਚਾਹੀਦੇ ਆ ਉਹਨਾਂ ਨੂੰ ਮੇਨਟੇਨ ਇੱਕ ਵਾਰੀ ਉਹਨੂੰ ਰੈਨੋਵੇਸ਼ਨ ਹੋ ਜਾਵੇ ਨਾ ਸਾਰੇ ਕਮਿਊਨਿਟੀ ਸੈਂਟਰਾਂ ਦੀ ਬਹੁਤ ਵਧੀਆ ਬਣ ਸਕਦੇ ਆ ਸਾਰੇ ਫੇਸ ਸਾਰੇ ਸੈਕਟਰਾਂ ਚ ਕਈਆਂ ਸੈਕਟਰਾਂ ਚ ਹੋ ਰਹੀ ਹੈ ਕਈਆਂ ਚ ਹੋਣ ਮੈਨੂੰ ਹੋਣੀ ਹੈਗੇ ਤੇ ਕੁਝ ਪਹਿਲਾ ਵਧੀਆ ਹੀ ਬਣਦੇ ਹੋਣਗੇ ਨਵੇਂ ਤਾਂ ਵਧੀਆ ਹੀ ਆ ਜੀ ਸਾਰੇ ਉਹ ਤਾਂ ਹੁਣ ਜਿਸ ਤਰ੍ਹਾਂ ਉਹ 3D ਵੀ ਬਣ ਚਿਆ ਤੇ 3D ਵੀ ਬਣ ਚਿਆ ਬਹੁਤ ਵਧੀਆ ਬਣ ਰਿਹਾ ਕਮਿਊਨਿਟੀ ਸੈਂਟਰ ਉਹਦੇ ਫਲੋਰ ਲੈਵਲ ਤੇ ਉਹਦੇ ਬਹੁਤ ਵਧੀਆ ਆਰਕੀਟੈਕਚਰ ਨੇ ਡਿਜ਼ਾਈਨ ਕੀਤਾ ਹੈ ਉਹ ਬਹੁਤ ਵਧੀਆ ਬਣ ਜਾ ਰਿਹਾ ਬਣ ਰਿਹਾ ਦੇਖੋ ਤੁਸੀਂ ਜਾ ਕੇ ਉੱਥੇ 3D ਵੀ ਵਨ ਸੱਚਾ ਤੁਹਾਨੂੰ ਗੁਰਦੁਆਰੇ ਸਾਹਮਣੇ ਉਹ ਬਹੁਤ ਵਧੀਆ ਬਣ ਰਿਹਾ ਇੱਥੋਂ ਤੱਕ ਸਰ ਕਮਿਊਨਿਟੀ ਸੈਂਟਰ ਦੀ ਗੱਲ ਹੈ ਕਮਿਊਨਿਟੀ ਸੈਂਟਰ ਬਣੇ ਹੋਏ ਆ 13-14 ਕਮਿਊਨਿਟੀ ਸੈਂਟਰ ਮ्युनਿਸਪਲ ਪਹਿਲਾ ਗਮਾਡਾ ਨੇ ਮ्युनਿਸਪਲ ਕਾਰਪੋਰੇਸ਼ਨ ਹੈਂਡਓਵਰ ਕਰਦੇ ਚ ਬਣੇ ਹੋਇਆ ਇੱਕ ਤੇ ਇਹਨਾਂ ਦੀ ਗੱਲ ਆ ਵੀ ਉਹ ਮੇਨਟਨ ਨਹੀਂ ਹੋ ਰੇ ਪ੍ਰੋਪਰ ਦੂਸਰਾ ਅਗਰ ਅਸੀਂ ਇਹ ਕਹਨੇ ਆ ਵੀ ਤੁਸੀਂ ਕਰਾਇਆ ਆ ਆਪਾਂ ਜੋ ਵੀ ਕੰਮ ਸਰਕਾਰ ਕਰਦੀ ਏ ਸਰ ਪੈਸੇ ਵਾਸਤੇ ਨਹੀਂ ਕਰਦੀ ਪਬਲਿਕ ਹਿੱਤ ਵਾਸਤੇ ਕਰਦੀ ਆ ਤੇ ਪਬਲਿਕ ਹਿੱਤ ਦਾ ਕੰਮ ਹੈ ਕਿ ਤੁਸੀਂ ਕਮਿਊਨਿਟੀ ਸੈਂਟਰ ਐਸੇ ਇੰਨੇ ਸਾਫ ਸੁਥਰੇ ਨੀਟ ਐਂਡ ਕਲੀਨ ਬਣਾ ਦਿਓ ਅਗਲਾ ਬੰਦਾ ਪ੍ਰਾਈਵੇਟ ਚ ਜਾਵੇ ਹੀ ਨਾ ਉਹਨੂੰ ਫੈਸਿਲਿਟੀ ਦੇ ਦਿਓ ਤੁਸੀਂ ਪੈਸੇ ਵੇਸੇ ਥੋੜੇ ਵੱਧ ਚਾਰਜ ਕਰ ਲਓ ਲੋਗ ਹੁਣ ਬਾਹਰ ਜਾਂਦੇ ਆ ਜਿਹੜੇ ਸਾਡੇ ਲੋਕ ਮੀਡੀਅਮ ਫੈਮਿਲੀ ਕਿੱਥੇ ਜਾਣਗੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਕਮਿਊਨਿਟੀ ਸੈਂਟਰਾਂ ਬਾਰੇ ਬਹਿਲੇ ਰੈਨੋਵੇਸ਼ਨ ਦੀ ਬਹੁਤ ਜ਼ਰੂਰਤ ਹੈ ਥੋੜੇ ਜੇ ਦਿਨ ਹੋਏ ਮੈਂ ਤੇ ਸਾਡਾ ਕਾਉਂਸਲਰ ਕਲੇਰ ਸਾਹਿਬ ਅਸੀਂ ਦੋਨੋਂ ਵਿਜ਼ਿਟ ਕੀਤਾ ਸਾਡੇ ਦਾ ਭਈ ਉਹਦੀ ਕੀ ਹਾਲਤ ਹੈ ਉੱਥੇ ਹਾਲਤ ਇਹ ਹੈ ਕਿ ਪਾਣੀ ਉੱਪਰੋਂ ਚੋ ਚੋ ਕੇ ਸਾਰੇ ਦੀ ਬੁਰੀ ਹਾਲਤ ਹੈ ਉੱਥੇ ਫੰਕਸ਼ਨ ਕਿੱਥੇ ਹੋਊਗਾ ਉੱਥੇ ਫੰਕਸ਼ਨ ਹੋ ਹੀ ਨਹੀਂ ਸਕਦਾ ਕੁਝ ਕਮਰੇ ਪਤਾ ਨਹੀਂ ਕਿੱਥੋਂ ਪਰਮਿਸ਼ਨ ਲਈ ਉਹਨਾਂ ਨੇ ਪੁਲਿਸ ਵਾਲੇ ਰਾਤ ਨੂੰ ਆਣ ਕੇ ਰਹਿੰਦੇ ਨੇ ਤਾਲੇ ਲੱਗੇ ਹੋਏ ਸੀ ਕਮਰਿਆਂ ਨੂੰ ਇਹ ਇਹ ਹਾਲ ਸੀ ਬੁਰੀ ਹਾਲਤ ਸੀ ਚਾਰ ਚਫੇਰੇ ਤੇ ਦੇਖ ਕੇ ਦੁੱਖ ਲੱਗਦਾ ਸੀ ਕਿ ਵੀ ਇੱਥੇ ਫੰਕਸ਼ਨ ਹੋ ਹੀ ਨਹੀਂ ਸਕਦਾ ਉੱਥੇ ਸਿਰਫ ਇੱਕ ਸਵੀਪਰ ਸੀ ਵਾਚਮੈਨ ਸੀਗਾ ਉਹ ਕਹਿੰਦਾ ਜੀ ਦੇਖੋ ਫੰਕਸ਼ਨ ਮਤਲਬ ਫੰਕਸ਼ਨ ਨਹੀਂ ਹੁੰਦੇ ਫੰਕਸ਼ਨ ਨਾ ਹੋਣੇ ਕਰਕੇ ਮੈਨੂੰ ਵੀ ਕੁਝ ਨਹੀਂ ਮਿਲਦਾ 1000 ਰੁਪਏ ਪਰ ਫੰਕਸ਼ਨ ਮੈਨੂੰ ਮਿਲਦਾ ਇਸੇ ਕਰਕੇ ਨਹੀਂ ਕਰੂਗਾ ਜੇ ਫੰਕਸ਼ਨ ਹੀ ਨਾ ਹੋਵੇ ਲਾਸਟ ਸਮਾਪਨੇ ਕੋ ਸਮਾਪਤ ਹੋ ਰਿਹਾ ਸੈਣੀ ਸਾਹਿਬ ਤੁਸੀਂ ਕਿਉਂਕਿ ਸਾਰੀਆਂ ਐਸੋਸੀਏਸ਼ਨ ਨੂੰ ਰਿਪਰਿਜ਼ੈਂਟ ਕਰਦੇ ਜੇ ਤੁਸੀਂ ਪ੍ਰਸ਼ਾਸਨ ਨੂੰ ਤੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਸਰ ਇੱਕ ਦੋ ਪੁਆਇੰਟ ਮੇਰੇ ਰਹਿ ਗਏ ਮੈਂ ਇੱਕ ਮਿੰਟ ਜਸਟ ਲੈਣਾ ਜਰੂਰ ਜਰੂਰ ਮੋਹਾਲੀ ਨੂੰ ਰੇਲਵੇ ਕਨੈਕਟ ਨਹੀਂ ਹੈ ਸਰ ਅਸੀਂ ਕਿਤੇ ਜਾਰ ਆਪਣੇ ਪੰਜਾਬ ਚ ਕਿਸੇ ਵੀ ਜ਼ਿਲ੍ਹੇ ਚ ਜਾਣਾ ਮੋਹਾਲੀ ਸਾਰਾ ਦਾ ਨਾ ਹੁਣ ਮੋਹਾਲੀ ਬਾਕੀ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਬਾਰ ਬਾਰ ਨਿਕਲ ਜਾਂਦੀਆਂ ਸਰ ਸਾਡੀ ਇਹ ਬੇਨਤੀ ਹੈ ਤੁਹਾਡੇ ਥਰੂ ਨਹੀਂ ਰੁਕਦੀਆਂ ਨਹੀਂ ਨਹੀਂ ਚੰਡੀਗੜ੍ਹ ਉੱਪਰ ਰੂਟ ਘਟਾ ਸਰ ਰੂਟ ਘਟਾ ਅਸੀਂ ਇਹ ਚਾਹੁੰਦੇ ਆ ਕਿ ਮੋਹਾਲੀ ਨੂੰ ਰਾਜਪੁਰੇ ਨਾਲ ਕਨੈਕਟ ਟ੍ਰੈਕ ਨਵ ਟ੍ਰੈਕ ਬਣਾ ਕੇ ਤਾਂ ਕਿ ਜਿਹੜੀਆਂ ਅੰਬਾਲੇ ਤੋਂ ਰਾਜਪੁਰੇ ਤੋਂ ਅੰਬਰਸਾਨੂ ਜਲੰਧਰ ਨੂੰ ਬੈਸ਼ਨੋਦੇਵੀ ਨੂੰ ਨਿਕਲ ਜਾਂਦੀਆਂ ਟ੍ਰੇਨਾਂ ਉਹ ਸਾਡੇ ਮੋਹਾਲੀ ਨਹੀਂ ਆਉਂਦੀਆਂ ਜੀ ਜੀ ਇੱਕ ਤੇ ਬੜਾ ਮੇਜਰ ਪੁਆਇੰਟ ਹੈ ਸਰ ਇਹ ਹੋਣਾ ਚਾਹੀਦਾ ਗਵਰਨਮੈਂਟ ਸਕੂਲ ਜਿਹੜੇ ਆ ਸਰ ਜਿਆਦਾ ਇਹਨਾਂ ਨੂੰ ਬਣਾਉਣੇ ਚਾਹੀਦੇ ਤੇ ਪਬਲਿਕ ਨੂੰ ਮੈਂ ਇਹ ਬੇਨਤੀ ਕਰਦਾ ਹੱਥ ਜੋੜ ਕੇ ਕਿ ਆਓ ਆਪਾਂ ਇਹਨੂੰ ਰਲ ਮਿਲ ਕੇ ਸ਼ਹਿਰ ਨੂੰ ਇੱਕ ਵਧੀਆ ਬਣਾਵੇ ਔਰ ਅਸੀਂ ਰੈਂਕਿੰਗ ਦੇ ਵਿੱਚ ਨੰਬਰ 1 ਤੇ ਆਣਾ ਚਾਹੁੰਦੇ ਹਾਂ ਅਸੀਂ ਔਰ ਇਹ ਸਹਿਯੋਗ ਜਿਹੜਾ ਹੈ ਪਬਲਿਕ ਦਾ ਵੀ ਹੋਣਾ ਚਾਹੀਦਾ ਪ੍ਰੈਸ ਵਾਲਿਆਂ ਨੂੰ ਇਹ ਚੀਜ਼ ਜਿਹੜੀ ਹੈ ਮੇਰੀ ਵੀ ਬੇਨਤੀ ਹਾਈਲਾਈਟ ਕਰੋ ਜਿੱਥੇ ਜਿੱਥੇ ਪੁਆਇੰਟ ਆ ਤਾਂ ਕਿ ਦੇਖੋ ਜਦ ਤੱਕ ਅਸੀਂ ਆਪਣੇ ਜਿਹੜੇ ਐਡਮਿਨਿਸਟ੍ਰੇਟਰ ਹੈ ਉਹਨਾਂ ਨੂੰ ਇਨਫਾਰਮ ਨਹੀਂ ਦੱਸਾਂਗੇ ਉਹਨਾਂ ਦੇ ਧਿਆਨ ਚ ਲਿਆਣ ਸਰ ਗੱਲ ਦੱਸਣਾ ਤੇ ਪੇਗਾ ਸਾਨੂੰ ਚਲੋ ਮਿਹਰਬਾਨੀ ਜਿੰਨੇ ਰਿਪੋਰਟਰ ਆਏ ਸੀ ਮੁਹਾਲੀ ਦੇ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਅੱਜ ਦੀ ਜਿਹੜੀ ਡਿਬੇਟ ਹੈ ਚਰਚਾ ਮੈਨੂੰ ਲੱਗਦਾ ਵੀ ਇਹ ਚਰਚਾ ਜਿਹੜੀ ਹੈ ਮੁਹਾਲੀ ਦੇ ਸਮੂਹ ਵਸਨੀਕਾਂ ਲਈ ਬੜੀ ਲਾਹੇਵੰਦ ਹੋਊਗੀ ਕਿਉਂਕਿ ਆਮ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਹੋ ਕੀ ਰਿਹਾ ਕਿਹੜੀ ਸਮੱਸਿਆ ਤੇ ਕੌਣ ਇਹਨੂੰ ਹੱਲ ਕਰ ਰਿਹਾ ਜਦੋਂ ਇਹ ਸਾਰਾ ਸਾਡਾ ਪ੍ਰੋਗਰਾਮ ਮੁਹਾਲੀ ਦੇ ਵਰਸਨੀਕ ਦੇਖਣਗੇ ਤੇ ਇਹਦਾ ਹੱਲ ਨਿਕਲਣ ਦੇ ਅਸਾਰ ਵੀ ਬਣਨਗੇ ਬਹੁਤ ਬਹੁਤ ਧੰਨਵਾਦ ਸਾਰਿਆਂ